नमस्कार, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਇੱਕ ਵਾਰ ਫਿਰ ਗੱਲ ਕਰਾਂਗੇ ਉਹਨਾਂ ਧਾਰਮਿਕ ਬੇਅਦਬੀ ਦੇ ਵਾਕਿਆ ਦੀ, ਜਿਨ੍ਹਾਂ ਤੋਂ ਬਾਅਦ ਬੈਬਲ ਕਲਾਂ 'ਚ ਪੁਲਿਸ ਫਾਇਰਿੰਗ 'ਚ ਦੋ ਲੋਕ ਮਾਰੇ ਗਏ ਸਨ। ਇਸ ਵਾਕਿਆ ਦੀ ਜਾਂਚ ਵਾਸਤੇ ਪੰਜਾਬ ਸਰਕਾਰ ਨੇ ਜਸਟਿਸ ਜ਼ੋਰਾ ਸਿੰਘ ਇਨਕੁਆਇਰੀ ਕਮਿਸ਼ਨ ਨਿਯੁਕਤ ਕੀਤਾ ਸੀ। ਇਸ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਕੀ ਇਸ ਰਿਪੋਰਟ ਨੇ ਇਨਸਾਫ ਕੀਤਾ ਹੈ, ਇਸ ਮਸਲੇ 'ਤੇ ਆਪਾਂ ਅੱਜ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨਾਰਥ ਅਮਰੀਕਾ ਦੇ ਗਲੋਬ ਪੈਸਿਫਿਕ ਟਾਈਮ ਮੁਤਾਬਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੀ ਅਤੇ ਇਹਦੇ ਵਿੱਚ ਹਿੱਸਾ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਜੀ। ਅਮਰੀਕਾ 'ਚ ਗਲੋਬਲ ਪੰਜਾਬ ਡਿਸ਼ ਪਲੇਟਫਾਰਮ ਉੱਪਰ ਹੁਣ ਉਪਲਬਧ ਨਹੀਂ ਹੈ। ਗਲੋਬਲ ਪੰਜਾਬ ਅਤੇ ਇਹ ਸ਼ੋਅ ਜਿਹੜਾ ਵਾ ਹੈਲੋ ਗਲੋਬਲ ਪੰਜਾਬ ਹੁਣ ਜਾਦੂ ਟੀਵੀ ਉੱਪਰ ਉਪਲਬਧ ਹੈ, ਉੱਥੇ ਦੇਖਿਆ ਜਾ ਸਕਦਾ ਵਾ। ਇਸ ਦੇ ਨਾਲ ਨਾਲ ਤੁਸੀਂ ਗਲੋਬਲ ਪੰਜਾਬ ਦੇ ਫੇਸਬੁੱਕ ਪੇਜ 'ਤੇ ਵੀ ਇਸ ਨੂੰ ਲਾਈਵ ਦੇਖ ਸਕਦੇ ਜੇ ਅਤੇ ਆਪਣੇ ਕਮੈਂਟਸ ਪੋਸਟ ਕਰ ਸਕਦੇ ਜੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਕੈਨੇਡਾ 'ਚ ਚੈਨਲ ਪੰਜਾਬੀ ਉੱਪਰ ਹੈਲੋ ਗਲੋਬਲ ਪੰਜਾਬ ਸ਼ੋਅ ਉਪਲਬਧ ਹੈ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ ਔਰ ਸਾਨੂੰ ਇਹ ਦੱਸ ਕੇ ਤੁਹਾਨੂੰ ਬਹੁਤ ਖੁਸ਼ੀ ਹੈ ਕਿ ਦੁਨੀਆ ਦੇ ਸਾਰੇ ਹਿੱਸਿਆਂ 'ਚ ਇਸ ਸ਼ੋਅ ਨੂੰ ਹੁਣ ਦੇਖਿਆ ਜਾ ਰਿਹਾ ਵਾ। ਕੁਝ ਕਾਲ ਸਾਨੂੰ ਆਸਟ੍ਰੇਲੀਆ ਜਾਂ ਦੁਬਈ ਜਾਂ ਉਹਨਾਂ ਥਾਵਾਂ ਤੋਂ ਵੀ ਆਉਂਦੀਆਂ, ਕੁਝ ਕਾਲ ਸਾਨੂੰ ਇੰਡੀਆ ਤੋਂ ਵੀ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਵਾ। ਅਤੇ ਹੁਣ ਆਪਾਂ ਇਨਕੁਆਇਰੀ ਕਮਿਸ਼ਨ ਦੀ ਗੱਲ ਕਰਦੇ ਹਾਂ। ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਸਤੰਬਰ ਅਕਤੂਬਰ 'ਚ 3-4 ਬਹੁਤ ਅਫਸੋਸਨਾਕ ਧਾਰਮਿਕ ਬੇਅਦਬੀ ਦੇ ਵਾਕਿਆ ਹੋਏ ਸਨ। ਇਹ ਵਾਕਿਆ ਫਰੀਦਕੋਟ ਜ਼ਿਲ੍ਹੇ 'ਚ ਬਰਗਾੜੀ ਅਤੇ ਕੋਟਕਪੂਰਾ 'ਚ ਹੋਏ। ਇਹਨਾਂ ਬੇਅਦਬੀ ਦੇ ਵਾਕਿਆ ਖਿਲਾਫ਼ ਰੋਸ ਮੁਜ਼ਾਹਰੇ ਹੋਏ ਅਤੇ ਇੱਕ ਥਾਂ ਬੈਬਲ ਕਲਾਂ 'ਚ ਇਕੱਤਰਿਤ ਲੋਕਾਂ 'ਤੇ ਪੁਲਿਸ ਨੇ ਗੋਲੀ ਚਲਾਈ, ਜਿਸ 'ਚ 2 ਸ਼ਖਸ ਮਾਰੇ ਗਏ ਸਨ। ਮਾਰੇ ਗਏ ਸ਼ਖਸ ਸਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ। ਇਸ ਵਾਕਿਆ ਕਰਕੇ ਲੋਕਾਂ 'ਚ ਹੋਰ ਵੀ ਗੁੱਸੇ ਦੀ ਲਹਿਰ ਜਿਹੜੀ ਸੀ ਉਹ ਫੈਲ ਗਈ ਸੀ। ਧਾਰਮਿਕ ਬੇਅਦਬੀ ਦੇ ਵਾਕਿਆ ਨਾਲ ਜੁੜਦੀ ਪੁਲਿਸ ਫਾਇਰਿੰਗ ਦੀ ਜਾਂਚ ਵਾਸਤੇ ਪੰਜਾਬ ਸਰਕਾਰ ਨੇ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ। ਇਹ ਵਨ ਮੈਨ ਕਮਿਸ਼ਨ ਸੀ। ਵਨ ਮੈਨ ਕਮਿਸ਼ਨ ਵੱਲੋਂ ਜਾਂਚ ਕਰ ਰਹੇ ਸਨ ਜਸਟਿਸ ਜ਼ੋਰਾ ਸਿੰਘ, ਜੋ ਹਾਈਕੋਰਟ ਦੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਜੱਜ ਨੇ। ਇਸੇ ਦਰਮਿਆਨ ਕੁਝ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਇਨਕੁਆਇਰੀ ਨੂੰ ਨਕਾਰਦੇ ਹੋਏ ਇੱਕ ਪੀਪਲਸ ਕਮਿਸ਼ਨ ਗਠਿਤ ਕੀਤਾ ਸੀ। ਇਸ ਪੀਪਲਸ ਕਮਿਸ਼ਨ ਦੀ ਅਗਵਾਈ ਕਰ ਰਹੇ ਸਨ ਸੁਪਰੀਮ ਕੋਰਟ ਦੇ ਮੰਨੇ ਪ੍ਰਮੰਨੇ ਰਿਟਾਇਰਡ ਜੱਜ ਜਸਟਿਸ ਮਾਰਕੰਡੇ ਕਾਟਜੂ। ਪਿੱਛੇ ਜੇ ਜਸਟਿਸ ਕਾਟਜੂ ਨੇ ਆਪਣੀ ਬੈਬਲ ਕਲਾਂ ਫਾਇਰਿੰਗ ਦੀ ਰਿਪੋਰਟ ਜਿਹੜੀ ਆ ਉਹਦੇ 'ਚ ਪੰਜਾਬ ਸਰਕਾਰ ਦੀ ਅਤੇ ਪੁਲਿਸ ਦੀ ਲੋਕਾਂ ਉੱਤੇ ਫਾਇਰਿੰਗ ਦੀ ਸਖਤ ਆਲੋਚਨਾ ਕੀਤੀ ਸੀ। ਇਸ ਫਾਇਰਿੰਗ ਵਾਸਤੇ ਪੁਲਿਸ ਦੇ ਕੁਝ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਖਤ ਕਾਰਵਾਈ ਵਾਸਤੇ ਉਹਨਾਂ ਕਿਹਾ ਸੀ। ਜਸਟਿਸ ਕਾਟਜੂ ਨੇ SSP ਮੋਗਾ ਦੇ SSP ਚਰਨਜੀਤ ਸ਼ਰਮਾ ਅਤੇ SHO ਅਮਰਜੀਤ ਕੁਲਾਰ ਦਾ ਨਾਂ ਖਾਸ ਕਰਕੇ ਲਿਆ ਸੀ। ਇਸ ਫਾਇਰਿੰਗ 'ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇ ਮੁਆਵਜ਼ੇ ਦੀ ਅਤੇ ਨਾਲ ਹੀ ਇੱਕ ਮੈਂਬਰ ਨੂੰ ਨੌਕਰੀ ਦੀ ਜਸਟਿਸ ਕਾਟਜੂ ਨੇ ਸਿਫਾਰਿਸ਼ ਵੀ ਕੀਤੀ ਸੀ। ਪਰ ਸਰਕਾਰ ਨੇ ਇਸ ਇਨਕੁਆਇਰੀ ਰਿਪੋਰਟ ਨੂੰ ਮੰਨਣ ਤੋਂ ਨਾ ਕਰ ਦਿੱਤੀ। ਇੱਧਰ ਜਸਟਿਸ ਜ਼ੋਰਾ ਸਿੰਘ ਨੇ ਆਪਣੀ ਰਿਪੋਰਟ 2 ਦਿਨ ਪਹਿਲਾਂ ਵੀਰਵਾਰ ਨੂੰ ਯਾਨੀ 30 ਜੂਨ ਨੂੰ ਸਰਕਾਰ ਨੂੰ ਸੌਂਪ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਵਾਇਤਾਂ ਨੂੰ ਭੁੱਲ ਕੇ ਕੋਈ ਮੰਤਰੀ ਜਾਂ ਸੀਨੀਅਰ ਅਧਿਕਾਰੀ, ਕੋਈ ਅਫਸਰ ਜ਼ੋਰਾ ਸਿੰਘ ਦੀ ਰਿਪੋਰਟ ਲੈਣ ਵਾਸਤੇ ਹਾਜ਼ਰ ਨਹੀਂ ਹੋਇਆ। ਇੱਧਰ ਹਾਲੀ ਖੁਦ ਜ਼ੋਰਾ ਸਿੰਘ ਆਪ ਦੇਣ ਰਿਪੋਰਟ ਦੇਣ ਵਾਸਤੇ ਗਏ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਜ਼ੋਰਾ ਸਿੰਘ ਨੇ ਵੀ ਇਸ ਸਾਰੇ ਵਾਕਿਆ ਵਾਸਤੇ ਪੁਲਿਸ ਦੇ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਉਹਨਾਂ ਖਿਲਾਫ਼ ਕਾਰਵਾਈ ਸਰਕਾਰ ਉੱਤੇ ਛੱਡ ਦਿੱਤੀ। ਉਹਨਾਂ ਮ੍ਰਿਤਕ ਅਤੇ ਜ਼ਖਮੀ ਲੋਕਾਂ ਵਾਸਤੇ 25 ਲੱਖ ਅਤੇ ਜ਼ਖਮੀ ਵਾਸਤੇ 10 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ। ਕੀ ਜਸਟਿਸ ਜ਼ੋਰਾ ਸਿੰਘ ਨੇ ਪੀੜਿਤ ਲੋਕਾਂ ਨਾਲ ਇਨਸਾਫ ਕੀਤਾ ਵਾ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਵਾਂਗੇ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਦੇਖਦੇ ਹਾਂ ਉਹ ਕੀ ਗੱਲ ਕਹਿਣੀ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਹਾਂਜੀ ਹਾਂਜੀ ਸ਼ੇਰਗਿਲ ਜੀ, ਐਜ਼ ਯੂਜੁਅਲ ਫਸਟ ਕਾਲਰ। ਹਾਂਜੀ 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 ਸੰਧੂ ਸਾਹਿਬ, ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹੂੰਗਾ ਦੂਜਾ ਵੀ ਜਦੋਂ ਤੱਕ ਹੁਣ ਤੱਕ ਵੀ ਜੋ ਜਿਵੇਂ ਪੁਲਿਸ ਕਨੀ ਗੋਲੀ ਚੱਲਦੀ ਜਾਂ ਜਦੋਂ ਤੋਂ ਲੈ ਕੇ ਇਤਿਹਾਸ ਆ ਇਹ ਪੰਜਾਬ ਸਰਕਾਰਾਂ ਦਾ, ਮਤਲਬ ਇਹ ਕਦੇ ਵੀ ਇਹਨਾਂ ਦੀ ਇੱਕ ਨਿਰਪੱਖ ਜਾਂਚ ਨਹੀਂ ਹੋਈ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਸਗੋਂ ਇਹ ਪੁਲਿਸ ਦੀ ਪਿੱਠ ਪਿੱਛੇ ਆ ਕੇ ਖੜਦੇ ਰਹੇ ਹਮੇਸ਼ਾ ਹੀ। ਤੇ
ਜਿਵੇਂ ਬਹਿਬਲ ਕਲਾਂ ਵਾਲਾ ਕਾਂਡ ਹੈ ਸੰਧੂ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ, ਗੋਲੀ ਚੱਲੀ ਆ ਪੁਲਿਸ ਦੁਆਰਾ, ਗੋਲੀ ਚੱਲ ਕੇ ਦੋ ਬੰਦੇ ਦੀ ਜਾਨ ਗਈ ਆ, ਦੋ ਮਨੁੱਖੀ ਜਾਨਾਂ ਗਈਆਂ ਹੈ, ਅਤੇ ਫਿਰ ਜੇ ਇਹ 'ਚ ਇਨਕੁਆਇਰੀ ਪਾਉਣ ਦੀ ਕੀ ਲੋੜ ਹੈ? ਅਤੇ ਇਹ 'ਚ ਸਿੱਧਾ ਭਾਵ ਹੈ ਕਿ ਪੁਲਿਸ ਦੇ ਜਿਹੜੇ ਦੋਸ਼ੀ ਹੈ ਵੀ ਇਹ ਜਿਹਨਾਂ ਨੇ ਗੋਲੀ ਚਲਾਈ ਆ, ਜਿਹਨਾਂ ਨੇ ਮਾਰੇ, ਅਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ, ਅਤੇ ਇਹਦੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ, ਜੇ ਕੋਈ ਮਾਜਵਾ ਮਿਲਦਾ ਜਾਂ ਨੌਕਰੀ ਮਿਲਦੀ ਹੈ ਜਾਂ ਕਿਸੇ ਨੂੰ ਉਹਦੇ ਮਾਜਵੇ 'ਚ ਜਿਵੇਂ ਜੋ ਆਪਾਂ ਕਹਿ ਦਿੰਦੇ ਹਾਂ ਪੈਸੇ ਮਿਲਦੇ ਆ, ਇਹ ਵੱਖਰੀ ਗੱਲ ਆ, ਪਰ ਜਦੋਂ ਗੋਲੀ ਚੱਲੀ ਆ, ਦੋ ਮਨੁੱਖੀ ਜਾਨਾਂ ਗਈਆਂ, ਇਹ ਇੱਕ ਕਤਲ ਦਾ ਕੇਸ ਹੈ, ਅਤੇ ਇਹਦੇ 'ਚ ਇਹ ਗੱਲ ਕਰਕੇ ਅਤੇ ਮੇਰੇ ਖਿਆਲ ਆ ਵੀ ਵੱਧ ਤੋਂ ਵੱਧ ਇਹ ਸਭ ਗਾਂਹ ਵਾਸਤੇ ਇਹ ਵੀ ਚਾਹੀਦਾ ਵੀ ਪੁਲਿਸ ਨੂੰ ਪ੍ਰੋਪਰ ਟ੍ਰੇਨਿੰਗ ਚਾਹੀਦੀ ਹੈ, ਜਦੋਂ ਇਹੋ ਜਿਹਾ ਇਕੱਠ ਹੁੰਦਾ, ਸੰਘਰਸ਼ ਹੁੰਦਾ ਜਾਂ ਇਹੋ ਜਿਹੇ ਕੋਈ ਵੀ ਈਵਨ ਰਾਇਡਸ ਵੀ ਹੋਣ, ਚਾਹੇ ਇਹੋ ਜਿਹੀ ਕੋਈ ਆਪਣਾ ਪ੍ਰੋਟੈਸਟ ਹੁੰਦਾ, ਉੱਥੇ ਇਹਨਾਂ ਨੂੰ ਪੂਰੀ ਟ੍ਰੇਨਿੰਗ ਚਾਹੀਦੀ ਹੈ, ਕਿਸ ਤਰ੍ਹਾਂ ਬਚਾਅ ਕਰਨਾ, ਕਿਸ ਤਰ੍ਹਾਂ ਡਿਸਪਰਸ ਕਰਨਾ ਇਹ ਆਪਣੇ ਲੋਕਾਂ ਨੂੰ। ਪਰ ਮੈਂ ਕਹੂੰਗਾ ਇਹ ਕੋਈ ਇਹ ਜਿਹੜੀ ਜਾਂਚ ਹੈ ਇਹ ਪੂਰੀ ਜਾਂਚ ਨਹੀਂ, ਕਿਸੇ ਨੂੰ ਮੰਗਦੇ ਇੱਕ ਮੁਆਵਜ਼ਾ ਮਿਲ ਜਾਵੇ ਜਾਂ ਨੌਕਰੀ ਮਿਲ ਜਾਵੇ, ਪਰ ਸਖ਼ਤ ਤੋਂ ਸਖ਼ਤ ਸਜ਼ਾ, ਕਿਉਂਕਿ ਗੋਲੀ ਚੱਲੀ ਹੈ ਕਿਸੇ ਬੰਦੇ ਦੇ ਹੱਥ 'ਚ ਚੱਲੀ ਹੈ, ਉਹਦੇ ਜੋ ਵੀ ਜ਼ਿੰਮੇਵਾਰ ਆ ਉਹਨੂੰ ਕਚਹਿਰੇ 'ਚ ਖੜਾ ਕਰਕੇ ਛੇਤੀ ਛੇਤੀ ਸਜ਼ਾਵਾਂ ਦੇਣੀਆਂ ਚਾਹੀਦੀਆਂ, ਨਾ ਕਿ ਇੰਨਾ ਸਮਾਂ ਲਮਕਾਉਣਾ ਚਾਹੀਦਾ। ਮਿਹਰਬਾਨੀ ਸ਼ੇਰਗਿੱਲ ਜੀ। ਸ਼ੇਰਗਿੱਲ ਸਾਹਿਬ ਨੇ ਕਿਹਾ ਕਿ ਜਿਹਨਾਂ ਨੇ ਇਹ ਕਾਰਾ ਕੀਤਾ, ਜਿਹਨਾਂ ਨੇ ਇਸ ਤਰ੍ਹਾਂ ਦੇ ਹੱਥੇ ਲੋਕਾਂ 'ਤੇ ਗੋਲੀ ਚਲਾਈ, ਉਹਨਾਂ ਦੇ ਖਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਔਰ ਉਹ ਪੁਲਿਸ ਨੂੰ ਸਹੀ ਟ੍ਰੇਨਿੰਗ ਦੇਣ ਦੀ ਲੋੜ ਹੈ ਵੀ ਗਾਂਹ ਤੋਂ ਇਹੋ ਜਿਹੇ ਵਾਕਿਆ ਨਾ ਹੋਣ। ਸਾਡੇ ਫੇਸਬੁੱਕ 'ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਗਏ ਆ। ਗੁਰਵਿੰਦਰ ਸਿੰਘ ਦਾ ਖਿਆਲ ਆ ਕਿ ਇਹ ਮਸਲਾ, ਇਹ ਮਾਮਲਾ, ਇਹ ਵਾਕਿਆ ਬਾਦਲ ਸਾਹਿਬ ਨੇ ਆਪ ਕਰਵਾਇਆ ਸੀ, ਕਿਉਂਕਿ ਉਸ ਵੇਲੇ ਬਾਪੂ ਸੂਰਜ ਸਿੰਘ ਦਾ ਮਾਮਲਾ ਦੱਬਿਆ ਜਾ ਸਕੇ, ਕਿਉਂਕਿ ਉਸ ਵੇਲੇ ਸੂਰਜ ਸਿੰਘ ਦਾ ਮਸਲਾ ਜਿਹੜਾ ਸੀ ਉਹ ਬਹੁਤ ਸਰਗਰਮ ਸੀ, ਔਰ ਉੱਧਰੋਂ ਧਿਆਨ ਦੂਜੇ ਪਾਸੇ ਕਰਨ ਵਾਸਤੇ ਇਹ ਬੇਅਦਬੀ ਦੇ ਵਾਕਿਆ ਔਰ ਇਹ ਗੋਲੀ ਚਲਾਉਣ ਦਾ ਵਾਕਿਆ ਜਿਹੜਾ ਉਹਨਾਂ ਨੇ, ਸਰਕਾਰ ਨੇ ਖੁਦ ਚਲਾਇਆ। ਗੁਰਵਿੰਦਰ ਸਿੰਘ ਜੀ, ਇਸ ਚੀਜ਼ ਦੀ ਹਾਲੇ ਤੱਕ ਕੋਈ ਆਪਣੇ ਕੋਲ ਪੁਖਤਾ ਜਾਣਕਾਰੀ ਤਾਂ ਨਹੀਂ, ਪਰ ਤੁਹਾਡੇ ਵਿਚਾਰ ਜਿਹੜੇ ਅਸੀਂ ਸਾਂਝੇ ਇਸ ਵੇਲੇ ਕਰਤੇ। ਮਨਰਾਜ ਗਰੇਵਾਲ ਨੇ ਕਿਹਾ ਵਾ ਕਿ ਅੱਜ ਕੈਨੇਡਾ ਡੇ ਆ, 149th ਕੈਨੇਡਾ ਡੇ ਆ, ਬਰਥਡੇ ਆ। ਮਨਰਾਜ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਨੂੰ ਜਾਣਕਾਰੀ ਦਿੱਤੀ, ਔਰ ਅਸੀਂ ਸਾਰੇ ਕੈਨੇਡਾ ਵਾਸੀਆਂ ਨੂੰ, ਤੁਹਾਨੂੰ ਸਾਰਿਆਂ ਨੂੰ ਕੈਨੇਡਾ ਦੇ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੇ ਹਾਂ। ਦਲਵੀਰ ਸਿੰਘ ਵੀ ਇਸ ਵੇਲੇ ਸਾਡੇ ਨਾਲ ਜੁੜ ਗਿਆ, ਔਰ ਸਨੀ ਗੋਤਰਾ ਕਹਿੰਦੇ ਆ ਕਿ ਤੁਹਾਡਾ ਸ਼ੋਅ ਸਾਨੂੰ ਚੰਗਾ ਲੱਗਦਾ ਵਾ, ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕੀ ਇਹ ਸਿਰਫ ਡਿਸਕਸ਼ਨ ਵਾਸਤੇ ਹੀ ਆ ਜਾਂ ਇਹਦਾ ਕੋਈ ਅਸਰ ਵੀ ਹੁੰਦਾ। ਦੇਖੋ ਸਾਡਾ ਇਹ ਟੈਲੀਵਿਜ਼ਨ ਸ਼ੋਅ ਆ, ਸਾਡਾ ਇਹਦੇ 'ਚ ਮਕਸਦ ਇਹੋ ਹੀ ਆ ਵੀ ਜਿਹੜੇ ਭਖਦੇ ਮਸਲੇ ਆ ਉਹਨਾਂ 'ਤੇ ਵਿਚਾਰ ਵਟਾਂਦਰਾ ਹੋਵੇ, ਔਰ ਜਦੋਂ ਕਿਸੇ ਵੀ ਮਸਲੇ 'ਤੇ ਵਿਚਾਰ ਵਟਾਂਦਰਾ ਹੁੰਦਾ ਵਾ ਉਦੋਂ ਲੋਕਾਂ ਨਾਲ ਗੱਲਾਂ ਸਾਂਝੀਆਂ ਹੁੰਦੀਆਂ, ਔਰ ਉਹਦੇ 'ਤੇ ਕਾਰਵਾਈ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਹੁੰਦੀ ਹੈ, ਇਹ ਸਾਡੀ ਆਸ ਆ। ਹੁਣ ਅਗਲੀ ਕਾਲ ਵੱਲ ਵਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਤੁਸੀਂ ਕਿਹਾ ਕਿ 25 ਲੱਖ ਤਾਂ ਇੱਕ ਪਾਸੋਂ ਹੀ ਇਹ ਗੱਲ ਆ, ਤੁਸੀਂ ਨੇ ਕਿਹਾ, ਮੈਂ ਕਹਿ ਰਿਹਾ ਕਿ 25 ਲੱਖ ਤਾਂ ਇੱਕ ਜਵਾਨ ਦੀ ਕੀਮਤ ਜਿਹੜੀ ਹੈਗੀ ਆ, ਹਾਸੋ ਹੋਣੀ ਗੱਲ ਆ। ਇਹ ਸਾਫ ਕੇਸ ਹੈਗਾ ਕਿ ਕੋਈ ਦੋ ਪੰਜਾਬੀ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਮਾਰੇਗਾ, ਜਿਹਦੇ ਵਾਸਤੇ ਗੌਰਮੈਂਟ ਜ਼ਿੰਮੇਵਾਰ ਹੈਗੀ ਆ। ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਪਰ ਜਿਹੜਾ ਉਹਨਾਂ ਦੀ ਕੀਮਤ ਹੈਗੀ ਉਹਨੂੰ ਪਾਉਣੀ, ਅਤੇ ਜਿਵੇਂ ਜੋਰਾ ਸਿੰਘ ਕਹਿੰਦਾ 25-25 ਲੱਖ, ਇਹ ਤਾਂ ਬੜੀ ਸ਼ਰਮਨਾਕ ਪਾਸੋਂ ਹੋਣੀ ਗੱਲ ਆ। ਅਤੇ ਜਿਹੜਾ ਤੁਸੀਂ ਕਿਹਾ ਕਿ 1 ਕਰੋੜ ਜਿਵੇਂ ਕੱਟ ਜੂ, ਉਹਨੇ ਕਿਹਾ ਉਹ ਘੱਟੋ ਘੱਟ ਹੋਣਾ ਚਾਹੀਦਾ। ਬੇਨਤੀ ਹੈਗੀ ਆ ਕਿ ਇਹ ਜਿੰਨਾ ਵੀ ਪੈਸਾ ਹੈਗਾ ਬਾਦਲ ਨੇ ਦੇਣਾ ਹੈਗਾ ਆ ਜਾਂ ਹੋਰ ਕਿਸੇ ਨੇ ਦੇਣਾ ਹੈਗਾ, ਕਿਸੇ ਨੇ ਆਪਣੀ ਪੋਕਟ ਚੋਂ ਨਹੀਂ ਦੇਣਾ, ਲੋਕਾਂ ਦਾ ਪੈਸਾ ਹੈਗਾ ਜਿਹੜਾ ਦੇਣਾ ਹੈਗਾ ਆ, ਆਮ ਜਨਤਾ ਦਾ ਪੈਸਾ ਹੈਗਾ ਆ, ਤੇ ਉਹਦੇ ਵਿੱਚ ਇਹ ਹੈਗਾ ਕਿ ਆਮ ਲੋਕਾਂ ਦਾ ਪੈਸਾ ਹੈਗਾ ਆ। ਮਿਹਰਬਾਨੀ ਅਤਵਾਲ ਜੀ ਦਾ ਖਿਆਲ ਆ, ਅਤਵਾਲ ਜੀ ਦਾ ਖਿਆਲ ਆ ਕਿ ਗੁਜ਼ਾਰਿਸ਼ ਹੈ। ਹਾਂਜੀ, ਅਤਵਾਲ ਜੀ ਦਾ ਖਿਆਲ ਆ ਕਿ ਪੈਸਾ ਲੋਕਾਂ ਦਾ ਪੈਸਾ ਵਾ, 25 ਲੱਖ ਰੁਪਈਆ ਘਟਿਆ, ਜਿਵੇਂ ਜਸਟਿਸ ਕਾਟਜੂ ਨੇ ਕਿਹਾ 1 ਕਰੋੜ ਰੁਪਈਆ ਦੇਣਾ ਚਾਹੀਦਾ ਵਾ, ਔਰ ਇਹ ਇਨਫੈਕਟ ਕਿਸੇ ਨੇ ਆਪਣੀ ਜੇਬ 'ਚੋਂ ਨਹੀਂ ਦੇਣਾ, ਔਰ ਲੋਕਾਂ ਦਾ ਪੈਸਾ ਲੋਕਾਂ ਦੇ ਖਰਚ ਹੋ ਰਿਹਾ, ਸੋ ਇਹ ਪੈਸੇ ਦੇਣ ਵਾਸਤੇ ਗੁਰੇਜ਼ ਨਹੀਂ ਕਰਨਾ ਚਾਹੀਦਾ। ਕਿਸੇ ਨੌਜਵਾਨ ਦੀ ਕੀਮਤ 25 ਲੱਖ ਨਹੀਂ ਹੋ ਸਕਦੀ, ਇਹ ਸੁਖਬੀਰ ਅਤਵਾਲੋਂ ਦਾ ਖਿਆਲ ਹੈ। ਮਾਫ਼ ਕਰਨਾ ਸੁਖਬੀਰ ਜੀ, ਮੈਂ ਤੈਨੂੰ ਵਿੱਚ ਕੱਟਿਆ, ਕਿਉਂਕਿ ਆਪਾਂ ਅਗਲੀ ਕਾਲ ਵੱਲ ਵੀ ਵਧਣਾ, ਲੰਬੀ ਕਾਲ ਆਪਾਂ ਨਹੀਂ ਲੈ ਸਕਦੇ। ਮੀਨਵਾਈਲ ਫੇਸਬੁੱਕ 'ਤੇ ਹਾਂਜੀ, ਤੁਸੀਂ ਨਾ ਅੱਜ ਅਨਾਊਂਸ ਕਰ ਦਿਓ ਕਿ ਜੇ ਪੰਜਾਬ ਗੌਰਮੈਂਟ 1 ਕਰੋੜ ਨਹੀਂ ਲਏਗੀ ਤਾਂ ਬਾਕੀ ਜਿੰਨਾ ਹੋਏਗਾ ਉਹ ਜਿਹੜੀ ਹੈਗੀ ਆਮ ਆਦਮੀ ਪਾਰਟੀ ਆਪਣੇ ਕੋਲੋਂ ਦੇਗੀ, ਉਹ ਵੀ ਲੋਕਾਂ ਦੇ ਪੈਸੇ ਹੈਗਾ। ਅਤਵਾਲ ਜੀ, ਸਾਡੇ ਕੋਲ ਉਹ ਜਿਹੇ ਮੀਨਸ ਨਹੀਂ ਹੈਗੇ ਕਿ ਅਸੀਂ ਇਸ ਤਰ੍ਹਾਂ ਦਾ ਪੈਸਾ ਜਿਹੜਾ ਵਾ
ਔਰ ਅਸੀਂ ਜੇ ਸਾਨੂੰ ਕੋਈ ਪੈਸਾ ਲੋਕਾਂ ਦਾ ਆਉਂਦਾ ਵੀ ਹੈ ਤਾਂ ਸਾਨੂੰ ਇਜਾਜ਼ਤ ਨਹੀਂ ਹੈ ਲੋਕਾਂ ਵੱਲੋਂ, ਕਿਉਂਕਿ ਸਾਡੀ ਸਰਕਾਰ ਨਹੀਂ ਬਣੀ। ਜੇ ਸਰਕਾਰ ਹੋਊਗੀ ਤਾਂ ਡੈਫੀਨੇਟਲੀ ਇਹੋ ਜਿਹੇ ਫੈਸਲੇ ਅਸੀਂ ਲੈ ਸਕਦੇ ਹਾਂ ਕਿ ਇਹੋ ਜਿਹਾ ਅਸੀਂ ਵਾਅਦਾ ਜਿਹੜਾ ਵਾ ਉਹ ਟੈਲੀਵਿਜ਼ਨ 'ਤੇ ਕਰ ਸਕੀਏ। ਪਰ ਫਿਰ ਵੀ ਸੁਝਾਅ ਦੇਣ ਲਈ ਬਹੁਤ ਬਹੁਤ ਅਤਵਾਲ ਜੀ, ਤੁਹਾਡਾ ਧੰਨਵਾਦ। ਮੀਨਵਾਇਲ ਨੇਚਰਦੀਪ ਜੌਹਲ ਸਾਡੇ ਨਾਲ ਜੁੜੇ ਨੇ, ਉਹ ਸ਼ੇਰਗਿੱਲ ਸਾਹਿਬ ਨਾਲ ਸਹਿਮਤ ਨੇ ਔਰ ਕਿ ਪੁਲਿਸ ਨੂੰ ਸਹੀ ਟ੍ਰੇਨਿੰਗ ਦੇਣ ਦੀ ਲੋੜ ਆ ਵੀ ਇਹੋ ਜਿਹੇ ਵਾਕਿਆ ਨੂੰ ਉਹ ਕੰਟਰੋਲ ਕਰ ਸਕਣ। ਗੋਲੀ ਚਲਾਉਣੀ ਜਿਹੜੀ ਆ ਇਹ ਲਾਸਟ ਰਿਜ਼ੋਰਟ ਹੋਣਾ ਚਾਹੀਦਾ ਵਾ, ਕੋਸ਼ਿਸ਼ ਹੋਵੇ ਵੀ ਇਹ ਰਿਜ਼ੋਰਟ ਨੂੰ ਉੱਤੇ ਕਾਰਵਾਈ ਕਰਨੀ ਹੀ ਕਦੀ ਨਾ ਪਵੇ ਔਰ ਬਾਕੀ ਜਿਹੜੀਆਂ ਕਾਰਵਾਈਆਂ ਵਾ ਉਹ ਕਰਕੇ ਮੌਬ ਨੂੰ ਕੰਟਰੋਲ ਕੀਤਾ ਜਾ ਸਕੇ। ਸੁਖੀ ਚੌਹਾਨ ਵੀ ਇਸ ਵੇਲੇ ਸਾਡੇ ਨਾਲ ਜੁੜ ਗਏ ਆ। ਕਮਲਜੀਤ ਰੰਗੀ ਦਾ ਖਿਆਲ ਆ ਕਿ ਇਹ ਇੱਕ ਆਈ ਵਾਚ ਸੀਗਾ ਔਰ ਜੇ ਹੁਣ ਤੱਕ 84 ਦੇ ਵਾਕਿਆਂ ਦਾ ਇਨਸਾਫ ਨਹੀਂ ਮਿਲਿਆ ਤਾਂ ਇਸ ਵਾਕਿਆ ਦਾ ਇਨਸਾਫ ਆਪਾਂ ਨੂੰ ਕਿਵੇਂ ਮਿਲ ਸਕਦਾ ਵਾ। ਹੋਰ ਵੀ ਸਾਡੇ ਨਾਲ ਸੱਜਣ ਕਾਫੀ ਜੁੜ ਰਹੇ ਆ, ਉਹਨਾਂ ਦੇ ਵਿਚਾਰ ਵੀ ਸਾਂਝੇ ਕਰਾਂਗੇ। ਉਸ ਤੋਂ ਪਹਿਲਾਂ ਅਗਲੇ ਕਾਲਰ ਦੀ ਜਿਹੜੀ ਆ ਗੱਲ ਸਾਂਝੀ ਕਰਦੇ ਹਾਂ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਰਾਮ ਸ਼ਰਮਾ ਵੀ ਨਹੀਂ ਪੈਕਤਾ ਜੀ। ਹਾਂਜੀ ਹਾਂਜੀ ਰਾਮ ਜੀ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਕਨੇਡਾ ਡੇ ਆ ਤੇ ਕਨੇਡਾ ਡੇ ਦੀ ਆਪਣੀ ਜੋ ਕਮਿਊਨਿਟੀ ਆ, ਜੋ ਸਟੇਸ਼ਨ ਦੇਖ ਰਹੀ ਆ, ਉਹਨੂੰ ਲੱਖ ਲੱਖ ਵਧਾਈ, ਕਿਉਂਕਿ ਕਹਾਵਤ ਆ ਵੀ ਜਿਹਦਾ ਖਾਈਏ ਤੇ ਉਹਦਾ ਗੁਣ ਗਾਈਏ ਜ਼ਰੂਰ। ਬਿਲਕੁਲ ਸਹੀ। ਦੂਜੀ ਗੱਲ ਇਹ ਹੈ ਜੀ ਕਿ ਜਿਹੜੀ ਇਹ ਇਨਕੁਆਇਰੀ ਦਾ ਜੋ ਰਿਜ਼ਲਟ ਆਇਆ ਹੈਗਾ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਪਹਿਲੀ ਗੱਲ ਤਾਂ ਜਿਹੜੀ ਸਿੰਗਲ ਮੈਨ ਇਨਕੁਆਇਰੀ ਆ ਉਹਨੂੰ ਤਾਂ ਇਨਕੁਆਇਰੀ ਦਾ ਨਾਂ ਹੀ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜਿਹੜਾ ਸਿੰਗਲ ਮੈਨ ਜਿਹਨੇ ਅਪੁਆਇੰਟ ਕੀਤਾ ਹੈ ਉਹ 99% ਉਹ ਸਾਈਡ ਲਊਗਾ, ਇਹ ਉਸ ਚੀਜ਼ ਦੀ ਗਰੰਟੀ ਹੁੰਦੀ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਚਲੋ ਇੰਨਾ ਸ਼ੁਕਰ ਹੈ ਕਿ ਇਨਕੁਆਇਰੀ ਕੁਆਈ ਤਾਂ ਗਈ, ਭਾਵੇਂ ਇੱਕ ਜਣੇ ਤੋਂ ਇਨਕੁਆਇਰੀ ਗਈ ਤੇ ਅੱਜ ਦੁਪਹਿਰ ਵਾਲੇ ਚੈਨਲ ਨੇ 97% ਲੋਕਾਂ ਨੇ ਰਿਜੈਕਟ ਕੀਤੀ ਹੈ, ਇਹ 3% ਲੋਕਾਂ ਜਿਹਨਾਂ ਨੇ ਸਿਰਫ ਸੀਐਸ ਕਿਹਾ। ਉਸ ਤੋਂ ਬਾਅਦ ਸੰਧੂ ਸਾਹਿਬ ਇਹ ਤੁਸੀਂ ਦੇਖੋ ਵੀ ਕੀ ਇੱਕ ਬੰਦੇ ਦੀ ਕੀਮਤ ਜ਼ੋਰਾ ਸਿੰਘ ਨੂੰ ਪੁੱਛਣਾ ਹੋਵੇ ਕਿ 25 ਲੱਖ ਰੁਪਈਆ, ਕਿਸੇ ਦਾ ਬੱਚਾ ਸੀ ਸ਼ਾਇਦ, ਮੈਨੂੰ ਨੀ ਪਤਾ ਦੋਨੇ ਬੱਚੇ ਮੁੰਡੇ ਸਿੰਗਲ ਸੀ ਜਾਂ ਕਿਸੇ ਦੀ ਮੈਰਿਜ ਹੋਈ ਸੀ, 25-25 ਲੱਖ ਦੇ ਤਾਂ ਸੰਧੂ ਸਾਹਿਬ ਅੱਜ ਕੱਲ੍ਹ ਪਸ਼ੂ ਵਿਕੀ ਜਾਂਦੇ ਆ ਮੰਡੀਆਂ ਦੇ ਵਿੱਚ। ਬਿਲਕੁਲ ਸਹੀ, ਇਸ ਪ੍ਰਾਈਜ਼ ਤੇ ਕੁਛ ਪ੍ਰਾਈਜ਼ ਹਾਊਸ ਵਗੈਰਾ ਮੇਰਾ ਖਿਆਲ ਤੋਂ ਜ਼ਿਆਦਾ ਹੀ ਹੋਣਗੇ। ਇਸ ਕਰਕੇ ਜਿਹੜੀ ਇਹ ਇਨਕੁਆਇਰੀ ਹੈ ਇਹਨੂੰ ਬਿਲਕੁਲ ਨਕਾਰ ਕੇ ਇਹਦੀ ਨਵੀਂ ਇਨਕੁਆਇਰੀ ਬਿਠਾਉਣੀ ਚਾਹੀਦੀ ਹੈ। ਔਰ ਦੂਸਰੀ ਗੱਲ ਹੈ ਕਿ ਇਹ ਇਨਕੁਆਇਰੀ ਤਾਂ ਹੋ ਗਈ, ਹਜੇ 3 ਕੇਸ ਇਹੋ ਜਿਹੇ ਪੰਜਾਬ ਗੌਰਮੈਂਟ ਦੇ ਪਏ ਆ ਜਿਨ੍ਹਾਂ ਦੀ ਉਹ ਇਨਕੁਆਇਰੀ ਕਰਵਾਉਣ ਵਾਸਤੇ ਵੀ ਤਿਆਰ ਨਹੀਂ ਹੋਏ ਹਜੇ। ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਮਿਹਰਬਾਨੀ ਰਾਮ ਸ਼ਰਮਾ ਜੀ। ਅਸੀਂ ਰਾਮ ਸ਼ਰਮਾ ਜੀ ਨਾਲ ਬਿਲਕੁਲ ਸਹਿਮਤ ਹਾਂ ਕਿ 25 ਲੱਖ ਇੱਕ ਨੌਜਵਾਨ ਦੀ ਕੀਮਤ ਕਦੇ ਨਹੀਂ ਪੈ ਸਕਦੀ। ਨੌਜਵਾਨ ਦੀ ਕੀਮਤ ਤਾਂ ਵੈਸੇ 1 ਕਰੋੜ ਰੁਪਈਏ ਨਾਲ ਵੀ ਨਹੀਂ ਪੈਂਦੀ। ਕਿਸੇ ਪਰਿਵਾਰ ਦਾ ਇੱਕ ਨੌਜਵਾਨ ਚਲਾ ਜਾਣਾ ਬਹੁਤ ਵੱਡਾ ਸਦਮਾ ਹੁੰਦਾ ਵਾ, ਉਸ ਸਦਮੇ ਤੋਂ ਕਦੀ ਪਰਿਵਾਰ ਉੱਠ ਨਹੀਂ ਸਕਦੇ, ਪਰ ਫਿਰ ਵੀ ਪਰਿਵਾਰ ਨੂੰ ਅਗਾਂਹ ਚੱਲਣ ਵਾਸਤੇ ਇੱਕ ਸਹਾਰਾ ਜ਼ਰੂਰ ਮਿਲ ਜਾਂਦਾ ਵਾ। ਸੋ ਇਹਦੇ ਵਾਸਤੇ ਇੱਕ ਸਹੀ ਮੁਆਵਜ਼ਾ ਮਿਲਣਾ ਚਾਹੀਦਾ ਵਾ, ਔਰ ਘੱਟੋ ਘੱਟ 1-1 ਕਰੋੜ ਰੁਪਈਆ ਜਿਹੜਾ ਵਾ ਦੋਵਾਂ ਪਰਿਵਾਰਾਂ ਨੂੰ ਜ਼ਰੂਰ ਮਿਲਣਾ ਚਾਹੀਦਾ, ਇਹ ਸਾਡਾ ਮੰਨਣਾ ਵਾ। ਮਨਜੀਤ ਸਿੰਘ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਆ। ਹਰਭਜਨ ਸਿੰਘ ਵੀ ਫਤਿਹ ਬੁਲਾ ਰਹੇ ਆ। ਮਨਵੀਰ ਸਿੰਘ ਦਾ ਕਹਿਣਾ ਵਾ ਕਿ ਪੁਲਿਸ, ਪੰਜਾਬ ਪੁਲਿਸ ਦੀ ਸਰਜਰੀ ਦੀ ਲੋੜ ਆ, ਓਪਰੇਸ਼ਨ ਦੀ ਲੋੜ ਹੈ, ਇੰਨੀ ਬੁਰੀ ਹਾਲਤ ਹੈ ਪੰਜਾਬ ਪੁਲਿਸ ਦੀ। ਉੱਧਰ ਮਹਿੰਦਰ ਮਹਿਲ ਦਾ ਖਿਆਲ ਹੈ ਕਿ ਬਹੁਤ ਸੌਖਾ ਵਾ ਲੋਕਾਂ ਨੂੰ ਬੇਵਕੂਫ ਬਣਾਉਣਾ, ਔਰ ਇਸ ਵੇਲੇ ਬਾਦਲ ਸਾਹਿਬ ਜਿਹੜੇ ਆ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ ਪੂਰੇ ਕਾਮਯਾਬ ਹੋ ਰਹੇ ਆ। ਇਹ ਵਿਚਾਰ ਸਾਡੇ ਨਾਲ ਉਹਨਾਂ ਨੇ ਫੇਸਬੁੱਕ 'ਤੇ ਸਾਂਝੇ ਕੀਤੇ ਆ। ਤੁਹਾਨੂੰ ਪਤਾ ਹੀ ਆ ਕਿ ਅਸੀਂ ਫੇਸਬੁੱਕ 'ਤੇ ਇਸ ਵੇਲੇ ਲਾਈਵ ਹਾਂ, ਤੁਸੀਂ ਵੀ ਆਪਣੇ ਜੇ ਵਿਚਾਰ ਸਾਂਝੇ ਕਰਨੇ ਚਾਹੋ ਤਾਂ ਫੇਸਬੁੱਕ 'ਤੇ ਜ਼ਰੂਰ ਕਰ ਸਕਦੇ ਜੇ। ਵੈਸੇ ਕਾਲ ਵੀ ਕਰ ਸਕਦੇ ਜੇ, ਔਰ ਕਾਲ ਕਰਨ ਵਾਸਤੇ ਨੰਬਰ ਜਿਹੜੇ ਆ ਸਾਡੀ ਸਕਰੀਨ 'ਤੇ ਲਗਾਤਾਰ ਆ ਰਹੇ ਆ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਦਾ ਕੀ ਇਸ ਮਸਲੇ 'ਤੇ, ਜ਼ੋਰਾ ਸਿੰਘ ਕਮਿਸ਼ਨ ਆਫ ਇਨਕੁਆਇਰੀ 'ਤੇ ਕੀ ਨਜ਼ਰੀਆ ਵਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਨਿਊਜ਼ੀਲੈਂਡ ਤੋਂ ਬੋਲਦੇ ਹਾਂ, ਕ੍ਰਾਈਸਟਚਰਚ ਤੋਂ ਹਰਚਰਨਜੀਤ ਸਿੰਘ। ਹਾਂਜੀ ਹਰਚਰਨਜੀਤ ਸਿੰਘ ਜੀ, ਮੇਰੇ ਖਿਆਲ ਪਹਿਲੀ ਵਾਰੀ ਤੁਸੀਂ ਕਾਲ ਕਰ ਲਈ। ਹਾਂ, ਪਹਿਲੀ ਵਾਰ ਕਰ ਰਹੇ ਹਾਂ। ਮੈਂ ਇੱਕ ਸਜੈਸ਼ਨ ਦੇਣਾ, ਪੁਲਿਸ ਨੂੰ ਕਮਿਊਨਿਟੀ ਕੰਮਾਂ ਵਾਸਤੇ ਵਰਤਿਆ ਜਾਂਦਾ, ਇਹ ਪੁਲਿਸ ਨੂੰ ਡੰਡਾ ਵਰਾਉਣ ਤੇ ਜ਼ੁਲਮ ਕਰਨ ਵਾਸਤੇ ਵਰਤਦੇ ਆ। ਪੁਲਿਸ ਨੂੰ ਕਮਿਊਨਿਟੀ ਦੀ ਸਹੂਲਤ ਵਾਸਤੇ ਵਰਤਣਾ ਚਾਹੀਦਾ, ਨਾ ਕਿ ਪੁਲਿਸ ਨੂੰ ਲੋਕਾਂ ਨੂੰ ਡੰਡਾ ਵਹਾਉਣ ਵਾਸਤੇ। ਡੰਡਾ ਜਾਂ ਗੋਲੀ ਚਲਾਉਣ ਵਾਸਤੇ ਨਹੀਂ ਵਰਤਣਾ ਚਾਹੀਦਾ। ਔਰ ਦੂਜੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਪੈਸੇ ਤਾਂ ਦਿੱਤੇ ਜਾਣ, ਪਰ ਇੱਕ ਇਹਦੇ ਵਿੱਚ ਇਹ ਵੀ ਮਸਲਾ ਵੀ ਚਲੋ ਮਦਦ ਹੋਣੀ ਚਾਹੀਦੀ ਹੈ ਜ਼ਰੂਰ, ਤੇ ਆਪਦੇ ਲਗਜ਼ਰੀ ਕੰਮਾਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਖਰਚ ਕਰ ਦਿੰਦੇ ਆ ਜੀ। ਜੇ ਉਹਨਾਂ ਦੀ ਕੋਈ ਹੈਲਪ ਹੋ ਜਾਵੇ, ਜਿਹਨਾਂ ਦਾ ਵਿਚਾਰਿਆਂ ਦਾ ਪਰਿਵਾਰ ਵਿਛੜ ਗਿਆ, ਤੇ ਉਹਦੇ ਨਾਲ ਕੋਈ ਹਰਜ ਨਹੀਂ ਇਸ ਗੱਲ ਦੇ ਵਿੱਚ। ਮਿਹਰਬਾਨੀ ਮਿਹਰਬਾਨੀ, ਬਹੁਤ ਸਹੀ ਵਿਚਾਰ ਹਰਚਰਨ ਸਿੰਘ ਨੇ ਨਿਊਜ਼ੀਲੈਂਡ ਤੋਂ ਦਿੱਤੇ ਆ। ਫੇਸਬੁੱਕ 'ਤੇ ਸਾਡੇ ਨਾਲ ਨੇ, ਉਹਨਾਂ ਨੇ ਕਿਹਾ ਵਾ ਕਿ
ਕੋਈ ਹਰਜ਼ ਨਹੀਂ ਗਾ ਜੇ ਕਿਸੇ ਪਰਿਵਾਰ ਦਾ ਭਲਾ ਹੋ ਜੇ, ਇੰਨੇ ਫਜ਼ੂਲ ਖਰਚੀ ਹੁੰਦੀ ਆ ਔਰ ਉਹ ਫਜ਼ੂਲ ਖਰਚੀ ਦੇ ਉੱਤੇ ਪੈਸਾ ਨਾ ਫਜ਼ੂਲ ਖਰਚ ਕੇ ਇੱਕ ਜੇ ਪਰਿਵਾਰ ਦੀ ਹੈਲਪ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ। ਔਰ ਪੁਲਿਸ ਨੂੰ ਸਹੀ ਤਰੀਕੇ ਨਾਲ ਲੋਕਾਂ ਦੇ ਸਹੂਲਤ ਵਾਸਤੇ ਇਸਤੇਮਾਲ ਕਰਨਾ ਚਾਹੀਦਾ, ਇਹ ਹਰਚਰਨ ਸਿੰਘ ਦਾ ਖਿਆਲ ਹੈ। ਅਗਲੀ ਕਾਲ ਤੋਂ ਵਧਣ ਤੋਂ ਪਹਿਲਾਂ ਮੈਂ ਕੁਝ ਫੇਸਬੁੱਕ 'ਤੇ ਕਮੈਂਟ ਵੀ ਸਾਂਝੇ ਕਰਨੇ ਚਾਹੁੰਦਾ ਵਾਂ। ਰੋਮੀ ਪਨਗੁਰਾ ਦਾ ਮੈਂ ਵਿਚਾਰ ਤੁਹਾਡੇ ਨਾਲ ਸਾਂਝਾ ਆਲਰੇਡੀ ਕਰ ਲਿਆ ਵਾ। ਇੰਜੀਨੀਅਰ ਪ੍ਰੀਤਮ ਸਰਾਵਾਂ ਉਹ ਕਹਿਣਾ ਚਾਹੁੰਦੇ ਆ ਕਿ ਜੇ ਕਿਤੇ ਸਰਕਾਰ ਦੇ ਕਿਸੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤਾਂ ਨਾਂ ਵੀ ਲਿਖਿਆ ਵਾ, ਸਰਕਾਰ ਦੇ ਕਿਸੇ ਮੰਤਰੀ ਦਾ ਬੇਟਾ ਇਸੇ ਤਰ੍ਹਾਂ ਹੀ ਮਾਰਿਆ ਜਾਵੇ ਤਾਂ ਕੀ ਉਹਨੂੰ ਵੀ 25,000 ਰੁਪਇਆ ਦਿੱਤਾ ਜਾਊਗਾ? ਸੋ ਇਸ ਕਰਕੇ ਸਰਕਾਰ ਨੂੰ ਹਰ ਪੰਜਾਬ ਦੇ ਵਸ਼ਿੰਦਾ ਜਿਹੜਾ ਵਾ ਉਹਦੇ ਉਹਨੂੰ ਆਪਣੇ ਬੱਚਾ ਸਮਝ ਕੇ ਉਹਨੂੰ ਮੁਆਵਜ਼ਾ ਜਿਹੜਾ ਵਾ ਦੇਣਾ ਚਾਹੀਦਾ। 25,000 ਰੁਪਈਆ ਇੱਕ ਮਹਿਜ਼ ਮਜ਼ਾਕ ਆ, ਔਰ ਇਹ ਜਿਹੜਾ ਮੁਆਵਜ਼ਾ ਵਾ ਇਹ ਘੱਟੋ ਘੱਟ ਵੀ 1 ਕਰੋੜ, ਇਹ ਅਸੀਂ ਵੀ ਮੰਨਦੇ ਹਾਂ ਕਿ ਘੱਟੋ ਘੱਟ 1 ਕਰੋੜ ਜਿਵੇਂ ਜਸਟਿਸ ਕਾਠਜੂ ਨੇ ਕਿਹਾ ਉਹ ਹੋਣਾ ਚਾਹੀਦਾ ਵਾ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਗੱਲ ਇੱਦਾਂ ਆ ਵੀ ਇਸ ਰਿਪੋਰਟ ਤੋਂ ਕੋਈ ਇਨਸਾਫ ਮਿਲਣ ਦੀ ਆਸ ਨਹੀਂ ਗੀ। ਓਕੇ, ਇਹ ਜੋ ਇਹਨਾਂ ਨੇ ਕਿਹਾ ਸੀ ਉਹਨਾਂ ਨੇ ਕਰ ਦਿੱਤਾ। ਉਦੋਂ ਗਾਹਾਂ ਗੱਲ ਇੱਕ ਹੈਰਾਨਗੀ ਦੀ ਗੱਲ ਇਹ ਸੋਚਣ ਵਾਲੀ ਹੁੰਦੀ ਹੈ, ਜਦੋਂ ਵੀ ਕਿਸੇ ਇੰਟਰਵਿਊ ਦੇ ਵਿੱਚ ਰਿਪੋਰਟਰ ਸਵਾਲ ਪੁੱਛਦੇ ਹੁੰਦੇ, ਜਿੱਥੇ ਆਣ ਕੇ ਸੁਖਵੀਰ ਕਰਦਾ ਦੱਸਦਾ ਉਹ ਇੰਗਲਿਸ਼ ਬੋਲਣੀ ਸ਼ੁਰੂ ਕਰ ਦਿੰਦਾ। ਓਕੇ, ਅੱਧਿਆਂ ਸਾਡੇ ਪੰਜਾਬ ਦਿਆਂ ਬੰਦਿਆਂ ਨੂੰ ਤਾਂ ਇੰਗਲਿਸ਼ ਦੀ ਸਮਝ ਹੀ ਨਹੀਂ ਲੱਗਦੀ ਵੀ ਉਹ ਕਹਿੰਦਾ ਕੀ ਹੈ। ਜਦੋਂ ਉਹਨੇ ਕਿਸੇ ਪਾਰਟੀ ਦੀ ਨਿਖੇਧੀ ਕਰਨੀ ਹੋਵੇ, ਕਿਸੇ ਨੂੰ ਬੁਰਾ ਕਹਿਣਾ ਹੋਵੇ, ਫਿਰ ਬੜੀਆਂ ਬਾਹਾਂ ਚੱਕ ਚੱਕ ਕੇ ਪੰਜਾਬੀ ਬੋਲਦਾ। ਓਕੇ, ਪਰ ਜਦੋਂ ਉਹ ਆਪ ਕਰਦਾ ਹੁੰਦਾ ਉਦੋਂ ਉਹਨੇ ਇੰਗਲਿਸ਼ ਬੋਲਣੀ ਸ਼ੁਰੂ ਕਰ ਦੇਣੀ। ਰਾਈਟ ਰਾਈਟ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕੀ ਕਹਿ ਰਿਹਾ। ਲੋਕੀ ਕਹਿੰਦੇ ਪੜ੍ਹਿਆ ਲਿਖਿਆ ਪੜ੍ਹਿਆ ਲਿਖਿਆ, ਇਸ ਗੱਲ ਦਾ ਇਹ ਬਹੁਤ ਜ਼ਿਆਦਾ ਫਾਇਦਾ ਉਠਾ ਰਿਹਾ। ਇਹ ਇਹਨੂੰ ਖੁਦ ਨੂੰ ਨਹੀਂ ਦੀਦਾ ਵੀ ਮੈਂ ਪੰਜਾਬ ਦੇ ਵਿੱਚ ਹਾਂ ਤਾਂ ਮੈਨੂੰ ਪੰਜਾਬੀ ਬੋਲਣੀ ਚਾਹੀਦੀ ਆ। ਤੀਸਰੀ ਗੱਲ, ਜਿਸ ਕੰਟਰੀ 'ਚ ਅਸੀਂ ਰਹਿ ਰਹੇ ਹਾਂ, ਜੇ ਸਾਡੇ ਤੋਂ ਇੱਥੇ ਕਿਸੇ ਤੋਂ ਇੱਦਾਂ ਕੁੱਤਾ ਮਰ ਜਾਏ ਨਾ ਤਾਂ ਇਦੋਂ ਵੱਧ ਕੁੱਤੇ ਦਾ ਮੁੱਲ ਪੈਂਦਾ ਜੀ। ਇੱਥੇ ਬੰਦੇ ਜਿੰਨੀ ਸਜ਼ਾ ਹੋ ਜਾਂਦੀ ਆ, ਅਤੇ ਇਹ 25-25 ਲੱਖ ਰੁਪਈਆ ਦੇ ਕੇ ਗਲੋਂ ਲਾਉਣ ਡਿਆ। ਇਹਨੂੰ ਕਹੇ ਆਪਣੇ ਦੋ ਬੋਹਰੇ ਕੱਢ ਅਤੇ ਪੁਲਿਸ ਤੋਂ ਮਰਵਾ ਕੇ ਅਸੀਂ ਤੈਨੂੰ 50-50 ਲੱਖ ਰੁਪਈਆ ਇੱਥੋਂ ਬੈਠੇ ਦੇ ਦਾਂਗੇ, ਇਹਨੂੰ ਦੁੱਖ ਨਹੀਂ। ਤੀਸਰੀ ਗੱਲ, ਇਹ ਪੰਥਕ ਸਰਕਾਰ ਆ ਅਤੇ ਪੰਥ ਦੇ ਉੱਤੇ ਗੋਲੀਆਂ ਚਲਾਈਆਂ, ਅਸੀਂ ਕਿੱਥੋਂ ਦਾ ਇਨਸਾਫ ਲੱਭਦੇ ਹਾਂ? ਮੈਂ ਤਾਂ ਆਪਣੇ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ, ਹਰਦੂ ਲਾਣ ਤਾਂ ਸਾਡੇ ਵੀ ਵਿੱਚ ਜੇ ਅਸੀਂ ਮੁੜ ਕੇ ਇਹਨਾਂ ਦੀ ਸਰਕਾਰ ਲਿਆਂਦੀ। ਆਹ ਕਾਲੀਆਂ ਪੱਗਾਂ ਵਾਲੇ ਆ ਨਾ ਜਿਹਨਾਂ ਦੇ ਉੱਤੇ ਇਹਨਾਂ ਨੇ ਡਾਂਗਾਂ ਫੇਰੀਆਂ, ਨੀਲੀਆਂ ਪੱਗਾਂ ਵਾਲੇ ਨਾ ਜਿਹਨਾਂ ਦੇ ਉੱਤੇ ਡਾਂਗਾਂ ਫੇਰੀਆਂ, ਇਹ ਵੀ ਪੰਥ ਦੇ ਬੰਦੇ ਨੇ ਨਾ, ਅਤੇ ਪੰਥਾਂ ਵਾਲਿਆਂ ਨੇ ਫੇਰੀਆਂ। ਉਦੋਂ ਇਹਨਾਂ ਨੇ ਜਾ ਕੇ DGP ਬਦਲ ਦਿੱਤਾ, ਪੁਲਿਸ ਨੂੰ ਸਾਰੀ ਨੂੰ ਬਚਾਉਣ ਲੱਗ ਪਏ, ਇਹਨਾਂ ਨੇ ਖੁਦ ਕਹਿ ਕੇ ਗੋਲੀ ਚਲਵਾਈ, ਢੰਡਰੀਆਂ ਵਾਲੇ ਦਾ ਖੁਦ ਅੱਡ, ਸਾਰਿਆਂ ਨੂੰ ਪਤਾ ਜੀ ਇਹਨਾਂ ਗੱਲਾਂ ਦਾ ਕੋਈ ਕਹਿੰਦਾ ਨੀਗਾ ਇਹ ਗੱਲਾਂ। ਹੋਰ ਉੱਚਾ ਨੀਵਾਂ ਬੋਲਿਆ ਚੱਲਿਆ ਭਾਅ ਜੀ, ਮਾਫ਼ੀ ਚਾਹੁੰਦੇ ਹਾਂ। ਓਕੇ ਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਮਿਹਰਬਾਨੀ ਕੁਲਾਰਸ ਜੀ ਦੇ, ਬਿਲਕੁਲ ਐਜ਼ ਯੂਜੂਅਲ ਬੜੇ ਸਪਸ਼ਟ ਵਿਚਾਰ ਆ। ਉਹ ਟੋਰੋਂਟੋ ਏਰੀਆ ਤੋਂ ਸਾਨੂੰ ਕਾਲ ਹਮੇਸ਼ਾ ਕਰਦੇ, ਰੈਗੂਲਰ ਕਾਲਰ ਨੇ, ਬਹੁਤ ਬਹੁਤ ਧੰਨਵਾਦ ਕੁਲਾਰ ਸਾਹਿਬ। ਮੀਨਵਾਈਲ ਚੰਦਨ ਔਲਕ ਵੀ ਸਾਡੇ ਨਾਲ ਨੇ, ਫਤਿਹ ਬੁਲਾ ਰਹੇ ਆ। ਜੁਗਰਾਜ ਚੀਮਾ, ਜੁਗਰਾਜ ਚੀਮਾ ਕਹਿੰਦੇ ਆ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਰਿਪੋਰਟ ਜਿਹੜੀ ਆ ਉਹਨੂੰ, ਉਹ ਜੋ ਬਾਦਲ ਸਾਹਿਬ ਨੇ ਕਿਹਾ ਉਹਨੇ ਉਹੀ ਰਿਪੋਰਟ ਦੇ ਵਿੱਚ ਲਿਖ ਦਿੱਤਾ, ਔਰ ਇਹ ਰਿਪੋਰਟ ਦੀ ਕ੍ਰੈਡੀਬਿਲਿਟੀ ਬਿਲਕੁਲ ਡਾਊਟਫੁੱਲ ਆ। ਨਵਦੀਪ ਸਿੰਘ ਸੰਧੂ ਦਾ ਖਿਆਲ ਆ ਕਿ ਇੱਕ ਵਨ ਮੈਨ ਕਮਿਸ਼ਨ ਦੀ ਥਾਂ 'ਤੇ ਘੱਟੋ ਘੱਟ 3 ਬੰਦੇ ਇਸ ਕਮਿਸ਼ਨ ਦਾ ਹਿੱਸਾ ਹੋਣੇ ਚਾਹੀਦੇ ਸੀ, ਤਦ ਇਹਦੀ ਕੋਈ ਨਾ ਕੋਈ ਕ੍ਰੈਡੀਬਿਲਿਟੀ ਜਿਹੜੀ ਆ ਉਹ ਨਜ਼ਰ ਆਉਣੀ ਸੀ। ਇਹ ਫੇਸਬੁੱਕ 'ਤੇ ਸਾਡੇ ਨਾਲ ਕਮੈਂਟਸ ਇਹਨਾਂ ਸੱਜਣਾਂ ਨੇ ਲਿਖੇ ਆ, ਔਰ ਹੁਣ ਅਗਲੀ ਕਾਲ ਵੱਲ ਵੱਧਦੇ ਹਾਂ। ਅਗਲੀ ਕਾਲ ਲੈ ਕੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ, ਹੈਲੋ ਸਰ। ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਸੁੰਦਰ ਸਾਹਿਬ, ਮੈਂ ਸੋਨੂੰ ਚੰਦੀ ਗੱਲ ਕਰ ਰਿਹਾ ਜੀ, ਸਿਡਨੀ ਆਸਟ੍ਰੇਲੀਆ ਤੋਂ। ਪੂਰਾ ਨਾਂ ਦੱਸਿਓ ਜੀ। ਮੇਰਾ ਨਾਮ ਸੁਖਦੀਪ ਸਿੰਘ ਚੰਦੀ ਹੈ ਜੀ। ਹਾਂਜੀ ਸੁਖਦੀਪ ਸਿੰਘ, ਆਸਟ੍ਰੇਲੀਆ ਤੋਂ ਕਿਹੜੀ ਜਗ੍ਹਾ? ਸਿਡਨੀ ਤੋਂ ਗੱਲ ਕਰ ਰਹੇ ਹਾਂ ਸਰ ਜੀ। ਸਿਡਨੀ ਤੋਂ, ਹਾਂਜੀ ਸੁਖਦੀਪ ਜੀ, ਦੱਸੋ ਕੀ ਵਿਚਾਰ ਆਪਣੇ ਸਾਂਝੇ ਕਰਨੇ ਚਾਹੁੰਦੇ? ਟੀਵੀ ਦਾ ਵੋਲਿਊਮ ਹੌਲੀ ਕਰ ਦਿਓ। ਜ਼ਰੂਰ ਸਰ, ਜ਼ਰੂਰ। ਹਾਂਜੀ, ਪਹਿਲੀ ਗੱਲ ਤਾਂ ਸੰਧੂ ਸਾਹਿਬ, ਸਭ ਤੋਂ ਪਹਿਲਾਂ ਬੜਾ ਸ਼ੁਕਰੀਆ ਕਰਦੇ ਜੀ ਤੁਹਾਡਾ ਕਾਲ ਲੈਣ ਲਈ। ਸਰ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮਿਹਰਬਾਨੀ ਮਿਹਰਬਾਨੀ। ਹਾਂ ਜੀ, ਅਤੇ ਤੁਹਾਡਾ ਸ਼ੋਅ ਅਸੀਂ ਇਹ ਵੀ ਵੇਖਦੇ ਰਹੀਦਾ ਜੀ, ਅਤੇ ਦੂਸਰਾ ਸ਼ੋਅ ਵੀ ਕਨਵਾ ਸੰਧੂ ਸ਼ੋਅ ਵੀ ਵੇਖਦੇ ਰਹੀਦਾ, ਅਤੇ ਕਾਫੀ ਅਸੀਂ ਸ਼ਲਾਘਾ ਕਰਦੇ ਤੁਹਾਡੇ ਕੰਮ ਦੀ ਸਰ ਇੱਥੋਂ। ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ। ਹਾਂ ਜੀ, ਕਾਫੀ ਵਧੀਆ ਲੱਗਦਾ ਸਰ। ਅੱਜ ਦਾ ਟੋਪਿਕ, ਪਹਿਲਾਂ ਤਾਂ ਮੈਂ ਮਾਫ਼ੀ ਚਾਹੁੰਦਾ, ਮੈਂ ਇੰਨਾ ਫੋਲੋ ਨਹੀਂ ਕਰ ਰਿਹਾ ਜਿਹੜੀ ਆ ਜਿਹੜਾ ਵਰਡਿਕਟ ਜਾਂ ਜੋ ਵੀ ਇਹ SM ਆਇਆ ਹੈ, ਮੈਂ ਇੰਨਾ ਫੋਲੋ ਨਹੀਂ ਕੀਤਾ ਸਰ। ਪਰ ਇੱਕ ਜਿਹੜਾ ਡੀਪਲੀ ਜਿਹੜਾ ਇਸ਼ੂ ਹੈ ਉਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਰ। ਦੱਸੋ ਕਿ ਆਪਾਂ ਵੇਖਦੇ ਹਾਂ ਜੀ, ਜੋ ਕੁਛ ਵੀ ਇਹ ਹੋ ਰਿਹਾ ਨੁਕਸਾਨ ਸਾਡੇ ਭਰਾਵਾਂ ਭੈਣਾਂ ਦਾ ਹੀ ਹੋ ਰਿਹਾ ਜੀ। ਠੀਕ ਹੈ ਨਾ, ਪਿਛਲੇ ਕਾਫੀ ਚਿਰ ਤੋਂ ਜੋ ਕੁਛ ਵੀ ਇਹ ਸਰਕਾਰਾਂ ਕਰ ਰਹੀਆਂ ਆ ਨੁਕਸਾਨ ਸਾਡਾ ਆਪਣਾ ਹੀ ਹੋ ਰਿਹਾ ਜੀ। ਸਾਡੇ ਲੋਕਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਆ, ਤੇ
ਅੱਜਕੱਲ ਤੁਸੀਂ ਹੁਣ ਇਹ ਵੇਖ ਲਓ ਜੀ, ਥੋੜਾ ਜਿਹਾ ਇੱਕ ਹਟਕੇ ਇਸ਼ੂ ਦੇ ਬਾਰੇ ਮੈਂ ਗੱਲ ਕਰਨੀ ਚਾਹੂੰਗਾ ਵੀ ਫੇਸਬੁੱਕ ਤੇ ਕਾਫੀ ਅੱਜ ਕੱਲ ਇਹ ਚੀਜ਼ ਆ ਰਹੀ ਆ ਵੀ ਆਮ ਆਦਮੀ ਪਾਰਟੀ ਜਿਹੜੀ ਆ ਵੀ ਇਹ ਆਪਣੇ ਖਾਲਿਸਤਾਨ ਵਿਰੋਧੀ ਹੈ ਜਾਂ ਇਹ ਸਿੱਖ ਵਿਰੋਧੀ ਹੈ। ਕਾਫੀ ਵੀਡੀਓਜ਼ ਸਰ ਫੇਸਬੁੱਕ ਤੇ ਆ ਰਹੀਆਂ, ਪਤਾ ਨਹੀਂ ਇਹਦੇ ਪਿੱਛੇ ਕੌਣ ਆ ਜਾਂ ਕੌਣ ਨਹੀਂ ਆ ਜੀ। ਤੇ ਪਰ ਮੈਂ ਕਹਿਣਾ ਚਾਹੂੰਗਾ ਜੀ, ਇੱਕ ਸਿੱਖੀ ਨੂੰ ਸਮਝਣ ਦੀ ਬਹੁਤ ਲੋੜ ਆ ਸਾਨੂੰ ਅੱਜ ਦੇ ਟਾਈਮ 'ਚ ਵੀ ਇੱਕ ਹੱਕ ਤੇ ਸੱਚ ਦੀ ਲੜਾਈ ਹੈ ਜੀ, ਜਿਹੜਾ ਇੱਕ ਸਿੱਖ ਦੀ ਲੜਾਈ ਆ। ਸਿੱਖ ਦੀ ਲੜਾਈ ਕਦੇ ਵੀ ਕਿਸੇ ਧਰਮ ਲਈ ਜਾਂ ਵਿਅਕਤੀ ਵਿਸ਼ੇਸ਼ ਲਈ ਨਹੀਂ ਰਹੀ ਜੀ, ਇੱਕ ਹੱਕ ਤੇ ਸੱਚ ਲਈ ਰਹੀ ਆ ਜੁਗਾਂ ਜੁਗਾਂ ਤੋਂ। ਮਿਹਰਬਾਨੀ ਮਿਹਰਬਾਨੀ ਸੁਖਦੀਪ ਜੀ, ਮੈਨੂੰ ਸੋਰੀ ਲੰਬੀ ਗੱਲ ਹੋ ਰਹੀ, ਮੈਂ ਵਿੱਚ ਕੱਟ ਰਿਹਾ। ਮੈਂ ਇੱਥੇ ਇਹ ਤੁਹਾਨੂੰ ਦੇਣਾ ਚਾਹੁੰਦਾ ਵਾਂ ਕਿ ਬਿਲਕੁਲ ਆਮ ਆਦਮੀ ਪਾਰਟੀ ਕਿਸੇ ਧਰਮ ਦੇ ਖਿਲਾਫ਼ ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਲੋਕਾਂ ਲੋਕ ਹਿੱਤ ਪਾਰਟੀ ਆ, ਔਰ ਸਾਡੀ ਕੋਸ਼ਿਸ਼ ਆ ਕਿ ਲੋਕਾਂ ਦੇ ਜਿਹੜੇ ਮਸਲੇ ਆ ਉਹ ਹੱਲ ਹੋ ਸਕਣ, ਇਹ ਸਾਡਾ ਤੁਹਾਨੂੰ ਆਸ਼ਵਾਸਨ ਆ। ਔਰ ਇਹੋ ਜਿਹੇ ਅਫਵਾਹਾਂ ਜਿਹੜੀਆਂ ਵਾਂ ਬਿਲਕੁਲ ਇਹਨਾਂ 'ਤੇ ਇਤਬਾਰ ਨਾ ਕਰਿਓ। ਸਾਡੀ ਕੋਸ਼ਿਸ਼ ਆ ਕਿ ਜੋ ਪੰਜਾਬ ਦਾ ਇਸ ਵੇਲੇ ਹਾਲਤ ਆ ਉਸ ਤੋਂ ਪੰਜਾਬ ਦਾ ਹਾਲਤ ਬਿਹਤਰ ਹੋ ਸਕੇ, ਔਰ ਆਪਾਂ ਬਿਹਤਰੀ ਵੱਲ ਔਰ ਇੱਕ ਚੇਂਜ ਵੱਲ ਆਪਾਂ ਕੋਸ਼ਿਸ਼ ਕਰਨੀ ਆ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਇਹ ਮਸਲਾ ਕਿ ਕੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਆਫ ਇਨਕੁਆਇਰੀ ਤੋਂ ਤੁਸੀਂ ਇਨਸਾਫ਼ ਦੀ ਆਸ ਕਰ ਸਕਦੇ ਜੇ, ਇਹ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਆਫ ਇਨਕੁਆਇਰੀ ਦੀ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਾਰੇ ਮੈਂ ਦੋ ਕੁ ਟਿੱਪਣੀਆਂ ਕਰਨੀਆਂ ਚਾਹੁੰਦਾ ਹਾਂ। ਪਹਿਲੀ ਤਾਂ ਇਹ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਸਟਿਸ ਜ਼ੋਰਾ ਸਿੰਘ ਰਿਪੋਰਟ, ਜਿਹੋ ਜਿਹੀ ਵੀ ਰਿਪੋਰਟ ਹੋਵੇ, ਉਸ ਰਿਪੋਰਟ ਨੂੰ ਲੈਣ ਵਾਸਤੇ ਕੋਈ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਸੀ। ਇਹੋ ਜਿਹੇ ਮੌਕੇ 'ਤੇ ਨੋਰਮਲੀ ਹੋਮ ਮਿਨਿਸਟਰ ਜਾਂ ਹੋਮ ਸੈਕਟਰੀ ਜਾਂ ਚੀਫ ਸੈਕਟਰੀ ਰਿਪੋਰਟ ਪਰਸਨਲੀ ਰਿਸੀਵ ਕਰਦਾ ਵਾ, ਕਿਉਂਕਿ ਜਿਹੜਾ ਰਿਪੋਰਟ ਦੇਣ ਵਾਲਾ ਵਾ ਉਸ ਬੰਦੇ ਦੀ ਇੱਕ ਸਰਟਨ ਰਿਸਪੈਕਟ ਹੁੰਦੀ ਆ, ਔਰ ਉਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਕੋਈ ਸੀਨੀਅਰ ਅਧਿਕਾਰੀ ਉਹਨੂੰ ਲੈਣ ਵਾਸਤੇ ਹੈ ਹੀ ਨਹੀਂ ਸੀ ਤਾਂ ਸਰਕਾਰ ਕਿੰਨੀ ਕੁ ਗੰਭੀਰ ਆ, ਇੰਨੇ ਗੰਭੀਰ ਮਸਲੇ ਦੀ ਜਾਂਚ ਉੱਪਰ ਉਹ ਸਰਕਾਰ ਜਿਹੜੀ ਆ ਉਹ ਕਿੰਨੀ ਕੁ ਸੀਰੀਅਸ ਆ। ਦੂਸਰੀ ਗੱਲ, ਇਹ ਠੀਕ ਹੈ ਕਿ ਜਸਟਿਸ ਜ਼ੋਰਾ ਸਿੰਘ ਨੇ 200 ਤੋਂ ਵੱਧ ਗਵਾਹਾਂ ਦੀਆਂ ਸਟੇਟਮੈਂਟਸ ਲਈਆਂ, ਸ਼ਾਇਦ 206 ਦੀਆਂ ਸਟੇਟਮੈਂਟਸ ਲਈਆਂ ਵਾਂ, ਪਰ ਜੇ ਇੱਕ ਸਰਕਾਰੀ ਜਾਂਚ ਵੀ ਪੁਲਿਸ ਫਾਇਰਿੰਗ ਕਰਨ ਵਾਲਿਆਂ ਦੀ ਅਤੇ ਕਰਵਾਉਣ ਵਾਲਿਆਂ ਦੀ ਪਹਿਚਾਣ ਨਹੀਂ ਕਰ ਸਕਦੀ ਤਾਂ ਇਹੋ ਜਿਹੀ ਰਿਪੋਰਟ ਦਾ ਕੋਈ ਫਾਇਦਾ ਨਹੀਂ। ਅਸੀਂ ਆਸ ਕਰ ਰਹੇ ਸੀ ਕਿ ਜਸਟਿਸ ਜ਼ੋਰਾ ਸਿੰਘ ਆਪਣੀ ਰਿਪੋਰਟ ਦੇ ਵਿੱਚ, ਇਹ ਕਮਿਸ਼ਨ ਆਪਣੀ ਰਿਪੋਰਟ ਦੇ ਵਿੱਚ ਇਹ ਦੱਸੂਗਾ ਕਿ ਕੀ ਇਸ ਫਾਇਰਿੰਗ ਦੇ ਹੁਕਮ ਉੱਪਰ ਤੋਂ ਆਏ ਸਨ, ਇਹਦੇ ਫਾਇਰਿੰਗ ਦੇ ਹੁਕਮ ਕਿੱਥੋਂ ਆਏ ਸੀ, DIG ਤੋਂ, IG ਤੋਂ, DGP ਤੋਂ ਜਾਂ ਹੋਰ ਕਿੱਥੋਂ। ਉਸ ਵੇਲੇ ਦੇ DGP ਸਨ ਸੁਮੇਧ ਸਿੰਘ ਸੈਣੀ, ਬਹੁਤ ਵਿਵਾਦਿਕ ਅਫਸਰ ਨੇ, ਔਰ ਗ੍ਰਹਿ ਮੰਤਰੀ ਆਪਾਂ ਨੂੰ ਪਤਾ ਹੀ ਆ ਕਿ ਸੁਖਬੀਰ ਸਿੰਘ ਬਾਦਲ ਖੁਦ ਨੇ। ਪੰਜਾਬ ਦੇ ਲੋਕ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਕਾਫੀ ਨਿਰਾਸ਼ ਨੇ, ਔਰ ਨਿਰਾਸ਼ ਹੋਣਗੇ ਵੀ, ਔਰ ਉਹਨਾਂ ਦਾ ਕਾਰਨ ਸਹੀ ਹੈ। ਜਿਹੜੇ ਲੋਕਾਂ 'ਤੇ ਫਾਇਰਿੰਗ ਹੋਈ ਉਹ ਬੇਕਸੂਰ ਸਨ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰ ਰਹੇ ਸਨ, ਜੋ ਇੱਕ ਲੋਕਤੰਤਰ 'ਚ ਹਰ ਸ਼ਖਸ ਦਾ ਇੱਕ ਹੱਕ ਆ। ਇਸ ਨੌਜਵਾਨ ਦੀ ਮੌਤ ਵਾਸਤੇ ਉਸਦੇ ਪਰਿਵਾਰ ਲਈ 25 ਲੱਖ ਰੁਪਈਆ ਕੋਈ ਮਾਇਨਾ ਨਹੀਂ ਰੱਖਦਾ। ਜ਼ਖਮੀ ਵਾਸਤੇ ਵੀ ਜਿਹੜਾ ਅਮਾਊਂਟ ਦਿੱਤਾ ਵਾ ਬਹੁਤ ਘੱਟ ਆ। ਇੱਕ ਸ਼ਖਸ ਦਾ ਨਾਮ ਆ ਜਿਹੜਾ ਜ਼ਖਮੀ ਹੋਇਆ ਸੀ, ਬੇਅੰਤ ਸਿੰਘ, ਉਹ BSF ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ, ਭਰਤੀ ਹੋਣ ਦਾ ਇੱਛੁਕ ਸੀ, ਹੁਣ ਉਹ ਪੁਲਿਸ ਫਾਇਰਿੰਗ ਨਾਲ ਅਪਾਹਿਜ ਹੋ ਗਿਆ, ਔਰ ਇਨਕੁਆਇਰੀ ਵੇਲੇ ਜਦੋਂ ਜਸਟਿਸ ਕਾਟਜੂ ਨੇ ਆਪਣੀ ਰਿਪੋਰਟ 'ਚ ਲਿਖਿਆ ਵਾ ਵੀ ਇਨਕੁਆਇਰੀ ਵੇਲੇ ਉਹਨੂੰ ਚੁੱਕ ਕੇ ਇਨਕੁਆਇਰੀ ਕਮਿਸ਼ਨ ਦੇ ਅੱਗੇ ਪੇਸ਼ ਕਰਨਾ ਪਿਆ। ਇਸ ਵਾਕਿਆ ਨੂੰ ਆਲਮੋਸਟ ਹੁਣ 8 ਮਹੀਨੇ ਹੋ ਗਏ, ਔਰ ਹੁਣ ਵੀ ਜੇ ਉਹਨੂੰ ਚੁੱਕ ਕੇ ਲੈ ਕੇ ਜਾਣਾ ਪੈਂਦਾ ਤਾਂ ਉਹ ਬੰਦਾ ਜਿਹੜਾ ਵਾ ਉਹਦੀ ਜ਼ਿੰਦਗੀ ਇੱਕ ਤਰੀਕੇ ਨਾਲ ਤਬਾਹ ਹੋ ਗਈ। ਜਸਟਿਸ ਕਾਟਜੂ ਨੇ ਕਿਹਾ ਸੀ ਕਿ ਇਸ ਸ਼ਖਸ ਨੂੰ, ਬੇਅੰਤ ਸਿੰਘ ਨੂੰ, 50 ਲੱਖ ਰੁਪਏ ਤੋਂ ਇਲਾਵਾ ਉਹਦਾ ਜਿਹੜਾ ਇਲਾਜ ਆ ਉਹ ਵੀ ਸਰਕਾਰ ਨੂੰ ਕਰਾ ਕੇ ਦੇਣਾ ਚਾਹੀਦਾ ਵਾ। ਬਿਲਕੁਲ ਸਹੀ ਜਸਟਿਸ ਕਾਟਜੂ ਨੇ ਕਿਹਾ, ਔਰ ਮੇਰਾ ਖਿਆਲ ਆ, ਔਰ ਆਪਾਂ ਸਾਰੇ ਮੰਨ ਰਹੇ ਹਾਂ ਕਿ ਜਸਟਿਸ ਕਾਟਜੂ ਰਿਪੋਰਟ ਜਿਹੜੀ ਆ ਜਾਂ ਉਹਨੂੰ ਮੰਨਿਆ ਜਾਵੇ ਜਾਂ ਇਹ ਦੋਵੇਂ ਰਿਪੋਰਟਸ ਨੂੰ ਇਕੱਠਾ ਕਰਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ, ਜਿਸ 'ਚ ਤੇ ਫੈਸਲਾ ਹੋਵੇ, ਤਹਿਤ ਫੈਸਲਾ ਹੋਵੇ ਕਿ ਇਹਨਾਂ 'ਤੇ ਕੀ ਕਾਰਵਾਈ ਕਰਨ ਦੀ ਲੋੜ ਹੈ। ਹੁਣ ਅਗਲੀ ਆਪਾਂ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਬਹੁਤ ਸਾਰੇ ਫੇਸਬੁੱਕ ਦੇ ਕਮੈਂਟਸ ਵੀ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਬੋਲ ਰਹੀ ਹਾਂ ਸਰ, ਵਿਨੀਪੈਗ ਤੋਂ। ਸਿਮਰਨ ਵਿਨੀਪੈਗ ਤੋਂ? ਹਾਂਜੀ ਹਾਂਜੀ। ਸਿਮਰਨ ਦੱਸੋ ਕੀ ਵਿਚਾਰ ਨੇ ਤੁਹਾਡੇ? ਵਿਚਾਰ ਸਰ ਮੇਰੇ ਬਹੁਤ ਸਿੰਪਲ ਆ ਕਿ ਆਈ ਡੋਂਟ ਥਿੰਕ ਸੋ ਕਿ ਸਾਡੀ ਸਰਕਾਰ ਇੰਨੀ ਮਾਈਂਡਫੁਲ ਹੈਗੀ ਆ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ। ਮਾਈ ਸੈਕਿੰਡ ਪੁਆਇੰਟ ਇਜ਼ ਦੈਟ ਉਹ ਸ਼ਰੇਆਮ ਫਸਦੀ ਆ ਅਗਰ ਉਹ ਰਿਪੋਰਟ ਲੈਣ ਜਾਂਦੇ ਆ, ਕਿਉਂਕਿ
ਅਫਕੋਰਸ ਕੁਛ ਨਾ ਕੁਛ ਤੇ ਹੋਏਗਾ, ਜਾਂ ਤੇ ਉਹਨਾਂ ਨੇ ਵਿੱਚ ਸਾਰਾ ਕੁਛ ਕਰਾਇਆ ਹੋਏਗਾ, ਚਾਹੇ ਮਿਲੀਭੁਗਤ ਹੋਏਗੀ ਜਾਂ ਕੁਛ ਹੋਏਗਾ, ਇਸ ਕਰਕੇ ਉਹ ਲੈਣ ਨਹੀਂ ਗਏ। ਪਰ ਜਿਹੜੀਆਂ ਗੱਲਾਂ ਤੁਸੀਂ ਮੈਂ ਸੁਣ ਰਹੀ ਸੀ, ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਉਹ BSF ਵਿੱਚ ਭਰਤੀ ਹੋਣਾ ਚਾਹੁੰਦਾ ਸੀ ਮੁੰਡਾ ਜਿਹਨਾਂ ਅਪਾਹਜ ਹੋ ਗਿਆ, ਤੇ ਸਰ ਮੈਨੂੰ ਤੇ ਡੈਫੀਨੇਟਲੀ ਕਿ ਮੈਂ 100% ਸ਼ਿਓਰ ਹਾਂ ਕਿ ਇੰਨਾ ਦਿਮਾਗ ਤੇ ਸਰਕਾਰ ਸਾਡੀ ਦਾ ਚੱਲਦਾ ਹੀ ਨਹੀਂ ਆ, ਇੰਨਾ ਮਾਇੰਡ ਸੈਟ ਤੇ ਹੈਗਾ ਹੀ ਨਹੀਂ ਆ ਕਿ ਇਸ ਲੈਵਲ ਤੱਕ ਸੋਚ ਸਕਣ। ਸੋ ਮੈਂ ਇਨਕਰੇਜ ਕਰਦੀ ਹਾਂ ਜਿੰਨੇ ਵੀ ਲਿਸਨਰਸ ਹੈਗੇ ਆ ਗਲੋਬਲ ਪੰਜਾਬ ਦੇ, ਇੰਡੀਆ 'ਚ, ਆਊਟਸਾਈਡ ਆਫ ਲਾਈਕ ਇੰਡੀਆ ਲਾਈਕ ਕੈਨੇਡਾ, ਅਮੈਰੀਕਾ, ਐਵਰੀਵੇਅਰ, ਕਿ ਪਲੀਜ਼ ਸਪੋਰਟ ਆਮ ਆਦਮੀ ਪਾਰਟੀ। ਤੇ ਇਹ ਜਿਹੜੇ ਜਿਹਨਾਂ ਦਾ ਦਿਮਾਗ ਥੋੜਾ ਜਿਹਾ ਚੱਲਦਾ ਵਾ, ਇਹਨਾਂ ਦਾ ਤੇ ਚੱਲਦਾ ਹੀ ਨਹੀਂ ਕਿ ਇੱਥੋਂ ਤੱਕ ਸੋਚ ਵੀ ਸਕਣ ਕਿ ਹਾਂ ਅਸੀਂ ਜਿੱਥੇ ਸਾਡਾ ਇੱਡਾ ਜ਼ਰੂਰੀ ਹੋਣਾ ਪ੍ਰੈਜੈਂਸ ਹੋਣਾ ਜ਼ਰੂਰੀ ਆ ਕਿ ਅਸੀਂ ਰਿਪੋਰਟ ਲੈਣੀ, ਅਗਰ ਕੋਈ ਐਫਰਟ ਕਰ ਰਿਹਾ ਵਾ ਸਾਡੇ ਵਾਸਤੇ ਜਾਂ ਕੋਈ ਰਿਪੋਰਟ ਬਣਾ ਰਿਹਾ ਆਪਣਾ ਟਾਈਮ ਖਰਚ ਕਰਕੇ, ਤੇ ਸਾਨੂੰ ਜਾਣਾ ਚਾਹੀਦਾ ਐਜ਼ ਅ ਰਿਸਪੈਕਟ। ਤੁਸੀਂ ਹੁਣੇ ਕਿਹਾ ਸੀ ਕਿ ਰਿਸਪੈਕਟ ਹੁੰਦੀ ਹੈ, ਰਾਈਟ ਸਰ? ਇੰਨਾ ਨਹੀਂ ਹੈਗਾ ਉਹਨਾਂ ਦਾ। ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਬੜੇ ਸਪਸ਼ਟ ਵਿਚਾਰ ਆ ਸਿਮਰਨ ਦੇ, ਔਰ ਉਹ ਤੁਸੀਂ ਵਿਚਾਰ ਸਾਰਿਆਂ ਨੇ ਸੁਣੀ ਲਏ ਆ। ਅਗਲੀ ਕਾਲ ਵਾਦਦੇ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਮਸਲੇ ਤੇ ਕੀ ਨਜ਼ਰੀਆ ਰੱਖਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਅਕਲੋਮਾ ਤੋਂ ਬੋਲਦਾ ਜੀ, ਵੈਸੇ ਤੋਂ ਜੀ, ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ ਕਿਹੜੀ ਜਗ੍ਹਾ ਜੀ? ਨਾਮ ਮੈਂ ਪਹਿਲੇ ਸੁਣਿਆ ਨਹੀਂ ਜਗ੍ਹਾ ਦਾ। ਅਕਲੋਮਾ ਸਟੇਟ ਹੈ ਜੀ। ਅਮੈਰੀਕਾ 'ਚ? ਹਾਂਜੀ, USA ਜੀ। ਓਕੇ ਓਕੇ। ਹਾਂਜੀ ਪਰਮਜੀਤ ਜੀ, ਕੀ ਵਿਚਾਰ ਨੇ ਤੁਹਾਡੇ? ਵਿਚਾਰ ਇਹ ਹੈ ਜੀ, ਇੱਕ ਤੇ ਮਤਲਬ ਪਰਸੋਂ ਚੌਥੇ ਦਿਨ ਫੋਨ ਮਿਲਾ ਰਿਹਾ ਜੀ, ਇੱਕ ਤੇ ਆਏ ਸੀ ਖਾਲਿਸਤਾਨੀਆਂ ਬਾਰੇ ਆਪਣਾ ਅਮਰਿੰਦਰ ਸਿੰਘ ਨੇ ਬੜੇ ਬਿਆਨ ਦਿੱਤੇ ਸੀਗੇ ਜੀ। ਹਾਂਜੀ ਹਾਂਜੀ ਹਾਂਜੀ, ਗੱਲ ਇੱਦਾਂ ਜੀ, ਮੇਰਾ ਕੁਸ਼ਚਨ ਇਹ ਹੈ ਜੀ, ਅਮਰਿੰਦਰ ਸਿੰਘ ਨੂੰ ਇਹ ਪੁੱਛੋ ਜੀ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਜਿਹੜਾ ਖਾਲਿਸਤਾਨ ਸੀਗਾ ਜੀ, ਉਹ ਕਿਸੇ ਹੋਰ ਦਾ ਰਾਜ ਸੀਗਾ ਜੀ? ਉਸ ਟਾਈਮ ਕਿਹੜੇ ਮਤਲਬ ਉਸਨੂੰ ਪ੍ਰੋਬਲਮ ਆਈ ਸੀਗੀ, ਕਿਹੜੇ ਧਰਮ ਨੂੰ ਪ੍ਰੋਬਲਮ ਸੀਗੀ, ਕਿਸ ਨੂੰ ਪ੍ਰੋਬਲਮ ਸੀਗੀ ਇਸ ਬਾਰੇ ਜੀ? ਤੇ ਦੂਜੀ ਹੈਗੀ ਜੀ, 78 ਤੋਂ ਲੈ ਕੇ ਅੱਜ ਤੱਕ ਆਪਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਜੀ ਸਿੱਖਾਂ ਨੂੰ। ਪਹਿਲਾਂ 78 ਦੇ ਵਿੱਚ ਹੈ ਜੀ, ਫਿਰ 84 ਚ ਹੈ ਜੀ, ਫਿਰ ਹੁਣ ਹੈਗਾ ਜੀ। ਅੱਜ ਤੱਕ ਆਪਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਜੀ, ਆਪਾਂ ਕੁਛ ਨਹੀਂ ਇਹਨਾਂ ਤੋਂ ਮਤਲਬ ਇੰਡੀਆ ਗੌਰਮੈਂਟ ਤੋਂ ਹੀ ਆਪਾਂ ਕੁਛ ਨਹੀਂ ਮਤਲਬ ਲੱਭ ਸਕਦੇ, ਆਪਾਂ ਨੂੰ ਕੋਈ ਇਨਸਾਫ਼ ਮਿਲ ਜੂਗਾ ਇਹਨਾਂ ਲੋਕਾਂ ਤੋਂ ਜੀ? ਜੀ ਜੀ, ਅਸੀਂ ਤਾਂ ਦੁਖੀ ਹੋ ਕੇ ਇਸ ਕੰਟਰੀਆਂ 'ਚ ਆਏ ਹੋਏ ਹਾਂ, ਪੰਜਾਬ ਨੂੰ ਛੱਡ ਗਏ ਜੀ, ਮਤਲਬ ਅਸੀਂ ਉਸ ਕੰਟਰੀ ਨੂੰ, ਇੰਡੀਆ ਨੂੰ ਅਸੀਂ ਆਪਣਾ ਕੰਟਰੀ ਨਹੀਂ ਸਮਝਦੇ ਜੀ, ਪੰਜਾਬ ਨੂੰ ਮਤਲਬ ਇਹ ਸਮਝਦੇ ਵੀ ਸਾਡਾ ਖਾਲਿਸਤਾਨ ਬਣਨਾ ਚਾਹੀਦਾ ਜੀ, ਸਾਡੇ ਸਪਸ਼ਟ ਵਿਚਾਰ ਨੇ ਜੀ। ਦੇਖੋ ਪਰਮਜੀਤ, ਕੋਸ਼ਿਸ਼ ਆਪਾਂ ਨੂੰ ਇਨਸਾਫ਼ ਦੀ ਜ਼ਰੂਰ ਕਰਦੇ ਰਹਿਣਾ ਚਾਹੀਦਾ ਵਾ, ਗਿਵ ਅਪ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਇੱਥੇ ਲੋਕ ਵੱਸਦੇ ਹਾਂ ਔਰ ਸਾਨੂੰ ਇੱਥੇ ਹਾਲਾਤਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਜਾਰੀ ਰਹਿਣੀ ਚਾਹੀਦੀ ਆ। ਤੁਹਾਡੇ ਆਪਣੇ ਵਿਚਾਰ ਨੇ, ਇਹਨਾਂ ਵਿਚਾਰਾਂ ਨਾਲ ਕੁਝ ਲੋਕ ਸਹਿਮਤ ਹੋਣਗੇ, ਕੁਝ ਲੋਕ ਨਹੀਂ ਸਹਿਮਤ ਹੋਣਗੇ, ਵਿਚ ਇਜ਼ ਫਾਈਨ, ਡੈਮੋਕ੍ਰੇਸੀ ਆ, ਡੈਮੋਕ੍ਰੇਸੀ 'ਚ ਬੰਦਾ ਹਰ ਸ਼ਖਸ ਜਿਹੜਾ ਵਾ ਆਪਣੇ ਵਿਚਾਰ ਰੱਖ ਸਕਦਾ ਵਾ, ਲੇਕਿਨ ਸਾਡਾ ਮੰਨਣਾ ਵਾ ਕਿ ਹਾਲੇ ਵੀ ਆਲ ਇਜ਼ ਨੋਟ ਲੋਸਟ ਔਰ ਸਾਨੂੰ ਇਨਸਾਫ਼ ਦੀ ਕੋਸ਼ਿਸ਼, ਇਨਸਾਫ਼ ਦੀ ਗੁਹਾਰ ਲਾਉਂਦੇ ਰਹਿਣਾ ਚਾਹੀਦਾ ਵਾ। ਬਹੁਤ ਬਹੁਤ ਧੰਨਵਾਦ ਪਰਮਜੀਤ, ਕਾਲ ਇਸੇ ਤਰ੍ਹਾਂ ਹੀ ਕਰਦੇ ਰਹੋ, ਵਿਚਾਰ ਆਪਾਂ ਸਾਂਝੇ ਕਰਾਂਗੇ, ਜ਼ਰੂਰ ਸਾਂਝੇ ਕਰਾਂਗੇ। ਅਗਲੀ ਕਾਲ ਵੱਲ ਵੱਧਦੇ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ, ਸਾਡੀ ਕੁਲਜੀਤ ਸਿੰਘ ਬਲ ਬੋਲਦਾ ਜੀ, ਆਸਟ੍ਰੇਲੀਆ ਤੋਂ, ਮੈਲਬੋਰਨ ਤੋਂ। ਹਾਂਜੀ ਹਾਂਜੀ ਬਲ ਸਾਹਿਬ। ਹਾਂਜੀ ਸਾਡੀ, ਮੈਂ ਤੇ ਚਲੋ ਵਿਚਾਰ ਤੇ ਸਾਰੇ ਹੋ ਗਏ ਜੀ, ਮੈਂ ਤੇ ਇੱਕੋ ਗੱਲ ਕਹਿਣੀ ਚਾਹੁੰਦਾ ਜੀ, ਬਈ ਪੰਜਾਬੀ ਦੀ ਕਹਾਵਤ ਆ, ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ, ਜਿੰਨਾ ਚਿਰ ਤੇ ਇਹ ਸਰਕਾਰ ਆ ਜੀ, ਇਹਨਾਂ ਨੇ ਇਹੀ ਕੁਛ ਕਰਨਾ ਵਾ ਜੀ, ਆਪੇ ਆਪਣੀਆਂ। ਵੇਖੋ ਇਹ ਤੇ ਇੱਕ ਪੁੱਤ ਮਰਿਆ ਗੋਲੀ ਨਾਲ, ਪੰਜਾਬ ਚ ਰੋਜ਼ ਨਸ਼ੇ ਨਾਲ ਕਿੰਨੇ ਪੁੱਤ ਮਰਦੇ, ਤੇ ਸਾਰਿਆਂ ਨੂੰ ਜੱਗ ਜਾ ਰਹਾ ਸੀ, ਕੌਣ ਕਰਾਉਣ ਦਿਆ ਜੀ? ਤੇ ਇਹ ਉਹਨਾਂ ਨੂੰ ਕਲੀਨ ਚਿੱਟਾਂ ਦੇਈ ਜਾਂਦੇ ਆ, ਤੇ ਇਹ ਤੇ ਗੱਲ ਹੀ ਕੋਈ ਨੀ ਇੱਕ ਹਿਸਾਬ ਦੀ ਇਹਨਾਂ ਲਈ, ਇਹ ਤੇ ਗੱਲ ਹੀ ਮਾਮੂਲੀ ਇਹਨਾਂ ਦੀ। ਬਿਲਕੁਲ ਬਿਲਕੁਲ ਜੀ, ਇਹ ਕਲੀਨ ਚਿੱਟਾਂ ਦਾ ਜਿਹੜਾ ਸਿਸਟਮ ਆ ਇਹ ਖਤਮ ਹੋਣਾ ਚਾਹੀਦਾ, ਰੂਲ ਆਫ ਲਾਅ ਜਿਹੜਾ ਵਾ ਉਹ ਇਨਫੋਰਸ ਹੋਣਾ ਚਾਹੀਦਾ, ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਰੂਲ ਆਫ ਲਾਅ ਆ, ਔਰ ਉਹਦੇ ਨਾਲ ਹਰ ਬੰਦਾ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰ ਸਕਦਾ ਵਾ। ਬਲ ਸਾਹਿਬ, ਕੁਝ ਹੋਰ ਵੀ ਗੱਲ ਕਰਨੀ ਆ? ਬਿਲਕੁਲ, ਨੋ ਨੋ, ਥੈਂਕ ਜੀ, ਥੈਂਕ ਸੋਰੀ ਮੱਚ। ਬਸ ਮੈਂ ਤੇ ਇਹੋ ਚਾਹੁੰਦਾ ਜੀ ਵੀ ਜਦੋਂ ਮਤਲਬ ਆ ਤੇ ਆ ਬਹੁਤ ਵੱਡੀ ਹਰ ਇੱਕ ਨੂੰ ਵੀ ਸਾਡੀ ਆਪਣੀ ਸਰਕਾਰ ਆਉਣੀ ਆ, ਆਪਦੀ ਸਰਕਾਰ ਆਉਣੀ ਆ, ਉਦੋਂ ਕਿਤੇ ਇਹੋ ਕੁਛ ਨਾ ਹੋਵੇ, ਬਸ ਇਹੀ ਡਰ ਆ। ਇਸ ਵੇਲੇ ਜੇ ਵਿਸ਼ਵਾਸ ਆ ਤੇ ਸਿਰਫ ਇੱਕ ਵੇ ਹਨੇਰੇ 'ਚ ਜੇ ਕੋਈ ਆਪ ਦੀ ਕਿਰਨ ਦਿਸ ਰਹੀ ਆ, ਮਿਹਰਬਾਨੀ ਬਲ ਸਾਹਿਬ। ਮੈਂ, ਕਿਉਂਕਿ ਤੁਸੀਂ ਬੜੀ ਦੂਰ ਤੋਂ ਕਾਲ ਲਾਈ ਆ ਔਰ ਆਪਣਾ ਆਪਸ ਦੇ ਸੰਪਰਕ ਹੋਇਆ ਵਾ, ਮੈਂ ਇੱਕ ਛੋਟਾ ਜਿਹਾ ਮੌਸਮ ਬਾਰੇ ਪੁੱਛਣਾ ਚਾਹੁੰਦਾ, ਕਿਉਂਕਿ ਸਾਡੇ ਇੱਥੇ ਬਾਰਿਸ਼ਾਂ ਸ਼ੁਰੂ ਹੋ ਗਈਆਂ। ਮੈਲਬਰਨ 'ਚ ਇਸ ਵੇਲੇ ਕਿਹੋ ਜਿਹਾ ਮੌਸਮ ਹੈ? ਮੌਸਮ ਸਾਡੀ ਅੱਜ ਸਨੀ ਆ ਜੀ। ਨਹੀਂ ਵੈਸੇ ਅੱਜ ਕੱਲ੍ਹ ਨੋਰਮਲੀ ਅੱਜ ਕੱਲ੍ਹ ਦਾ ਵੈਦਰ ਕਿਹੋ ਜਿਹਾ? ਵਿੰਟਰ ਚੱਲ ਰਿਹਾ ਜੀ।
ਵਿੰਟਰ ਚੱਲਣ ਦੀ ਹੈ। ਸਾਡੇ ਇੱਥੇ ਸਮਰ ਚੱਲ ਰਹੀ ਹੈ, ਤੁਹਾਡੇ ਉੱਥੇ ਵਿੰਟਰ ਚੱਲ ਰਹੀ ਹੈ। ਦੇਖੋ ਇਹ ਵੀ ਕੁਦਰਤ ਦੇ ਰੰਗ ਨੇ। ਬਹੁਤ ਬਹੁਤ ਧੰਨਵਾਦ ਬਲ ਸਾਹਿਬ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕਰਨ ਬੋਲਦਾ ਜੀ ਵੈਂਕੂਵਰ ਤੋਂ। ਹਾਂਜੀ ਹਾਂਜੀ ਕਰਨ। ਹਾਂਜੀ ਸੰਧੂ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਜਿਹੜੇ ਪਹਿਲਾਂ ਕਮਿਸ਼ਨ ਬਣੇ ਨੇ ਉਹਨਾਂ ਦੇ ਨਾਲ ਇਨਸਾਫ ਮਿਲਿਆ ਕਿ ਨਹੀਂ ਜੇ ਆਪਾਂ ਨੂੰ? ਜ਼ਿਆਦਾਤਰ ਜਿਹੜੇ ਕਮਿਸ਼ਨ ਹੈ ਜੀ, ਇਹ ਵਾਈਟ ਵਾਸ਼ ਜੋਬ ਹੀ ਰਿਹਾ ਵਾ। ਹਾਂ ਫਿਰ ਉਹੀ ਉਹੀ ਤਾਂ ਫਿਰ ਮੈਂ ਕਹਿਣਾ ਚਾਹੁੰਦਾ ਵੀ ਮਤਲਬ ਜਦ ਆਪਾਂ ਨੂੰ ਤਾਂ ਫਿਰ ਰੱਖਣਾ ਹੀ ਨਹੀਂ ਚਾਹੀਦਾ ਇਹਨਾਂ ਤੋਂ, ਮਤਲਬ ਇਹ ਤਾਂ ਉੱਦਾਂ ਹੀ ਬਣਾਉਣ ਦੀ। ਜਦ ਕਿਹੜੀਆਂ ਗੱਲਾਂ ਦਾ ਪਤਾ ਹੀ ਹੁੰਦਾ ਵੀ ਇਸ ਬੰਦੇ ਨੇ ਕੀਤਾ, ਫਿਰ ਕਮਿਸ਼ਨ ਦੀ ਕੀ ਲੋੜ ਹੈ? ਪਹਿਲੀ ਗੱਲ ਤਾਂ ਉਹਦੇ 'ਤੇ ਇਹ ਆ ਕਿ ਇੰਨਾ ਟਾਈਮ ਖਰਾਬ ਕਰ ਦਿੰਦੇ ਜਦ ਤਾਈਂ ਲੋਕ ਭੁੱਲਣ ਲੱਗ ਜਾਂਦੇ ਆ। ਅਗਲੀ ਗੱਲ ਇਹ ਆ ਕਿ ਜਿੱਦਾਂ ਤੁਸੀਂ ਪੈਸਿਆਂ ਦੀ ਗੱਲ ਕੀਤੀ 1 ਕਰੋੜ ਦੀ, ਜਦੋਂ ਇਹਨਾਂ ਨੇ ਪਾਰਲੀਮਾਨੀ ਸਕੱਤਰ ਲਾਏ ਸੀ ਉਹਨਾਂ ਵਿੱਚੋਂ ਮੈਨੂੰ ਪੂਰਾ ਨਾਂ ਤਾਂ ਨਹੀਂ ਪਤਾ, ਪਰ ਜਿਹੜੇ ਬਡਾਲਾ ਸਾਹਿਬ ਸੀ ਉਹ ਕਹਿੰਦੇ ਜੀ ਕੋਈ ਬੋਝ ਨਹੀਂ ਪੈਣ ਲੱਗਾ 2-4 ਕਰੋੜ ਰੁਪਈਏ ਦੇ ਨਾਲ ਆਪਣੇ ਸਰਕਾਰ ਦੇ ਉੱਤੇ, ਇਹ ਤਾਂ ਕੁਛ ਵੀ ਨਹੀਂ ਗਾ। ਉੱਥੇ ਕੁਛ ਵੀ ਨਹੀਂ ਗਾ, ਇੱਥੇ ਦੇਣ ਲੱਗਿਆਂ ਨੂੰ ਇਹਨਾਂ ਨੂੰ ਮਤਲਬ ਦੇ ਲਓ ਵੀ ਕਹਿੰਦੇ ਆ ਨਹੀਂ ਨਹੀਂ ਜ਼ਿਆਦਾ ਆ ਜਾਂ ਜੋ ਵੀ ਜਿੱਦਾਂ ਵੀ। ਬਈ ਬਹੁਤ ਸਹੀ ਕਰਨ ਨੇ ਬਹੁਤ ਸਹੀ ਤੁਲਨਾ ਕੀਤੀ ਆ ਕਿ ਜੇ ਤੁਸੀਂ ਪਾਰਲੀਮੈਂਟਰੀ ਸਕੱਤਰਾਂ 'ਤੇ ਜਿਨ੍ਹਾਂ ਦੀ ਸਾਡੇ ਸੰਵਿਧਾਨ ਦੇ ਵਿੱਚ ਕੋਈ ਥਾਂ ਨਹੀਂ, ਉਹਨਾਂ 'ਤੇ ਤੁਸੀਂ ਇੰਨਾ ਪੈਸਾ ਖਰਚ ਸਕਦੇ ਜੇ ਤਾਂ ਪਰਿਵਾਰਾਂ ਨੂੰ, ਜਿਹੜੇ ਪੀੜਿਤ ਪਰਿਵਾਰ ਆ, ਬੇਕਸੂਰ ਪਰਿਵਾਰ ਆ ਜਿਹੜੇ, ਜਾਂ ਜਿਨ੍ਹਾਂ ਦੇ ਸ਼ਖਸ ਬੇਕਸੂਰ ਸ਼ਖਸ ਮਾਰੇ ਗਏ, ਉਹਨਾਂ ਨੂੰ ਪੈਸਾ ਦੇਣ ਲਈ ਕੀ ਪ੍ਰੋਬਲਮ ਆ? 8 ਮਹੀਨੇ ਹੋ ਗਏ ਆ ਔਰ ਹਾਲੇ ਵੀ ਆਪਾਂ ਇਸ ਕੇਸ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਹਾਂ, ਇਨਸਾਫ਼ ਦੀ ਇੰਤਜ਼ਾਰ ਕਰ ਰਹੇ ਹਾਂ। ਔਰ ਸਰਕਾਰ ਨੂੰ ਚਾਹੀਦਾ ਵਾ ਕਿ ਜਲਦੀ ਤੋਂ ਜਲਦੀ, ਮੈਂ ਜਿਵੇਂ ਕਿਹਾ ਵਾ ਕਿ ਇਹ ਦੋਵੇਂ ਕਮਿਸ਼ਨ ਜਿਹੜੇ ਆ, ਕਾਰਜੂ ਕਮਿਸ਼ਨ ਔਰ ਜ਼ੋਰਾ ਸਿੰਘ ਕਮਿਸ਼ਨ, ਉੱਪਰ ਇੱਕ ਕਮੇਟੀ ਗਠਨ ਕਰਕੇ ਇਹਨਾਂ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਛੇਤੀ ਤੋਂ ਛੇਤੀ ਕਰਨੀ ਚਾਹੀਦੀ, ਲੋਕਾਂ ਦੇ ਵਿੱਚ ਗੁੱਸਾ ਜਿਹੜਾ ਵਾ ਉਹ ਹੋਰ ਵੱਧ ਨਾ ਜਾਵੇ ਕਿਤੇ। ਅਗਲੀ ਕਾਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਨੇਤਰਜੀਤ ਜੋਹਰ ਬੋਲ ਰਿਹਾ, ਟ੍ਰੇਸੀ ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ ਜੋਹਰ ਸਾਹਿਬ, ਦੱਸੋ ਕੀ ਵਿਚਾਰ ਨੇ ਤੁਹਾਡੇ? ਹਾਂਜੀ, ਮੈਂ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ ਸੀਗਾ ਆਪਣੇ, ਜਿੱਦਾਂ ਇੱਕ ਤਾਂ ਇਹਨਾਂ ਨੂੰ ਟ੍ਰੇਨਿੰਗ ਦੀ ਲੋੜ ਹੈ ਪੰਜਾਬ ਪੁਲਿਸ ਨੂੰ, ਕਿਉਂਕਿ ਉਹਨਾਂ ਪ੍ਰੋਟੋਕੋਲ ਨਹੀਂ ਫੋਲੋ ਕਰਦੇ, ਉਹ ਆਪਣੀ ਮਰਜ਼ੀ ਕਰਦੇ ਆ ਮੌਕੇ 'ਤੇ, ਜਿੱਦਾਂ ਵੀ ਉਹਨਾਂ ਨੇ ਕਰਨਾ। ਇੱਕ ਉਹਨਾਂ ਦੀ ਫਿਟਨੈਸ ਦੀ ਬਹੁਤ ਪ੍ਰੋਬਲਮ ਆ, ਰਾਈਟ, ਉਹਨਾਂ ਦੀ ਫਿਟਨੈਸ ਨਹੀਂ ਪ੍ਰੋਪਰ, ਕਿਉਂਕਿ ਤੁਹਾਨੂੰ ਵੀ ਪਤਾ ਉਹ ਭੱਜ ਨਹੀਂ ਸਕਦੇ ਕਿਸੇ ਦੇ ਪਿੱਛੇ। ਇੱਕ ਉਹਨਾਂ ਦੀ ਫਿਟਨੈਸ ਟ੍ਰੇਨਿੰਗ ਪ੍ਰੋਪਰ ਹੋਣੀ ਚਾਹੀਦੀ ਆ। ਇੱਕ ਨਵੀਂ ਭਰਤੀ ਹੋਈ, ਇਹ ਚੀਜ਼ ਮੈਂ ਨੋਟ ਕੀਤੀ ਕਿ ਪਹਿਲਾਂ ਉਹ ਬਹੁਤ ਵਧੀਆ ਸੀਗੇ, ਪਰ ਉਹ ਵੀ ਨਵੀਂ ਭਰਤੀ, ਕਿਉਂਕਿ ਪੁਰਾਣੇ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਦੇ ਨਾਲ ਰਲ ਰਲ ਕੇ ਉਹਨਾਂ ਦਾ ਵੀ ਥੋੜ੍ਹਾ ਥੋੜ੍ਹਾ ਹਾਲਾਤ ਜਿਹੜੇ ਥੋੜ੍ਹੇ ਥੋੜ੍ਹੇ ਡਿਫਰੈਂਟ ਹੁੰਦੇ ਗਏ, ਉਹ ਚੀਜ਼ ਵੀ ਠੀਕ ਹੋਣੀ ਚਾਹੀਦੀ ਆ। ਅੱਗੇ ਮੈਂ 4 ਚੀਜ਼ ਐਡ ਕਰੂੰਗਾ, ਇਹ ਟੈਕਨੋਲੋਜੀ ਵਾਈਜ਼ ਉਹਨਾਂ ਨੂੰ ਥੋੜ੍ਹਾ ਐਡਵਾਂਸ ਕਰਨਾ ਚਾਹੀਦਾ, ਜਿੱਦਾਂ ਆਪਣੇ US ਕੈਨੇਡਾ 'ਚ ਆਪਾਂ ਦੇਖੀ ਜਾ ਕੇ ਉਹਨਾਂ ਕੋਲ ਸਾਰੇ ਡਿਵਾਈਸਿਸ ਵਗੈਰਾ ਹੁੰਦੇ ਆ ਨਾ, ਵੀਡੀਓ ਵਗੈਰਾ ਸਾਰੀ ਉਹ ਕੈਪਚਰ ਕਰਦੇ, ਰਾਈਟ। ਇੱਕ ਮੈਂ ਐਡ ਕਰੂੰਗਾ ਜੀ, ਇੰਡੀਪੈਂਡੈਂਟ ਕਰਨਾ ਚਾਹੀਦਾ ਪੰਜਾਬ। ਦੱਸੋ ਕੀ, ਦੁਬਾਰਾ ਦੱਸੋ ਕੀ ਕਹਿਣਾ ਚਾਹੁੰਦੇ? ਇਹਨਾਂ ਨੂੰ ਇੰਡੀਪੈਂਡੈਂਟ ਕਰਨਾ ਚਾਹੀਦਾ ਜੀ, ਜਿੱਦਾਂ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਇਹਨਾਂ। ਮੈਂ ਇਹ ਨਹੀਂ ਕਹਿੰਦਾ ਜੀ ਪੰਜਾਬ ਪੁਲਿਸ ਮਾੜੀ ਆ, ਪਰ ਇਹਨਾਂ ਬਹੁਤ ਵਧੀਆ ਬੰਦੇ ਵੀ ਹੈਗੇ ਆ, ਪਰ ਜਿੱਦਾਂ ਸਵੈਟੀ ਬਹੁਤ ਵਧੀਆ ਪੰਜਾਬ, ਜਿੱਦਾਂ ਉਹਨਾਂ ਨੇ ਗੁਰਦਾਸਪੁਰ 'ਚ ਹੈਂਡਲ ਕੀਤਾ ਸਾਰਾ ਕੁਛ, ਪਰ ਇਹਨਾਂ 'ਚ ਬਹੁਤ ਰੀਫੋਰਮੇਸ਼ਨ ਦੀ ਲੋੜ ਆ, ਬਹੁਤ ਮਤਲਬ ਬਹੁਤ ਇਹਨਾਂ ਪੁਲਿਸ ਨੂੰ ਇੰਡੀਪੈਂਡੈਂਟ ਕਰਨ ਦੀ ਲੋੜ ਹੈ, ਉਹਦੇ 'ਤੇ ਸਿਆਸੀ ਦਬਾਅ ਨਹੀਂ ਹੋਣਾ ਚਾਹੀਦਾ, ਇਹ ਭਾਈ ਸਾਹਿਬ ਦਾ ਖਿਆਲ ਆ। ਮੀਨਵਾਈਲ ਨਵੀਂ ਢਿੱਲੋਂ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਖਿਆਲ ਆ ਕਿ ਸਰਕਾਰ ਸਿਰਫ ਆਪਣੇ ਇੰਟਰਸਟ ਜਿਹੜੇ ਆ ਉਹ ਸੇਫਗਾਰਡ ਕਰਦੀ ਆ, ਲੋਕਾਂ ਦਾ ਇੰਟਰਸਟ ਬਾਰੇ ਪ੍ਰਭਾਵ ਬਿਲਕੁਲ ਨਹੀਂ ਕਰਦੀ। ਇਸੇ ਤਰ੍ਹਾਂ ਹੀ ਅਮਨ ਹੁੰਡਲ ਦਾ ਖਿਆਲ ਆ ਕਿ ਪੁਲਿਸ ਦੀ ਟ੍ਰੇਨਿੰਗ ਤਾਂ ਸਹੀ ਆ, ਪਰ ਉਹਨਾਂ ਨੂੰ ਸੀਨੀਅਰ ਅਫਸਰ ਗਲਤ ਕੰਮ ਕਰਾਉਂਦੇ ਆ, ਸੀਨੀਅਰ ਅਫਸਰ ਉਹਨਾਂ ਨੂੰ ਹੁਕਮ ਦਿੰਦੇ ਆ ਵੀ ਤੁਸੀਂ ਗੋਲੀ ਚਲਾਓ, ਔਰ ਉਸ ਵੇਲੇ ਲਾਅ ਐਂਡ ਆਰਡਰ ਅਮਨ ਕਾਨੂੰਨ ਦੀ ਵਿਵਸਥਾ ਖਰਾਬ ਕਰਨ ਵਾਸਤੇ ਇਹ ਕੋਸ਼ਿਸ਼ ਸੀ, ਔਰ ਇਹ ਜਿਹੜੀ ਗੋਲੀ ਚਲਾਈ ਗਈ ਹੈ, ਕਿਉਂਕਿ ਅਕਾਲੀ ਦਲ ਨੂੰ ਲੱਗ ਰਿਹਾ ਵਾ ਕਿ ਉਹ ਹਾਰ ਚੋਣਾਂ ਹਾਰ ਰਹੀ ਆ, ਔਰ ਹਾਲਾਤ ਖਰਾਬ ਕਰਕੇ ਉਹਨੂੰ ਲੱਗਦਾ ਵਾ ਕਿ ਲੋਕ ਭੰਬਲ ਭੂਸੇ 'ਚ ਪੈ ਕੇ ਸ਼ਾਇਦ ਦੁਬਾਰਾ ਅਕਾਲੀ ਦਲ ਦੀ ਸਰਕਾਰ ਵੱਲ ਧਿਆਨ ਦੇਣ, ਇਹ ਅਮਨ ਹੁੰਡਲ ਦਾ ਵਿਚਾਰ ਆ। ਅਗਲੀ ਕਾਲ ਵੱਲ ਵੱਧਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਮੈਂ ਰਣਜੀਤ ਸਿੰਘ ਬੋਲਦਾ ਜੀ। ਰਣਜੀਤ ਸਿੰਘ ਕਿੱਥੋਂ ਜੀ? ਹਾਂਜੀ, ਇੱਥੋਂ ਆਪਣੇ ਵੈਨਕੂਵਰ ਤੋਂ ਬੋਲਦਾ ਜੀ ਮੈਂ। ਹਾਂਜੀ ਰਣਜੀਤ ਜੀ, ਦੱਸੋ। ਹਾਂਜੀ, ਵੇਖੋ ਜੀ, ਸਰਕਾਰਾਂ ਜਿਹੜੀਆਂ ਬਹੁਤ ਮਤਲਬ ਗਲਤ ਕੰਮ ਹੋ ਰਿਹਾ ਜੀ ਉੱਥੇ ਸਾਰਾ ਪੰਜਾਬ ਦੇ ਵਿੱਚ, ਕਿਉਂਕਿ ਪੁਲਿਸ ਦੇ ਉੱਤੇ ਸਰਕਾਰਾਂ ਦਾ ਬਹੁਤ ਪ੍ਰੈਸ਼ਰ ਹੈ, ਅਤੇ ਪੁਲਿਸ ਜਿਹੜੀ ਹੁੰਦੀ ਵੀ ਲੋਕਾਂ ਦਾ ਕੰਮ ਕਰਨ ਵਾਸਤੇ ਜੀ, ਇਹ ਸਰਕਾਰ ਉਹਨਾਂ ਨੂੰ ਮਤਲਬ ਜਿੱਦਾਂ ਕਹਿੰਦੀ ਉੱਦਾਂ ਉਹ ਕੰਮ ਕਰਦੇ ਰਹੇ, ਅੰਡਰ ਪ੍ਰੈਸ਼ਰ ਹੈ ਪੁਲਿਸ, ਪੁਲਿਸ ਕੋਈ ਇੰਡੀਪੈਂਡੈਂਟ ਕੰਮ ਨਹੀਂ ਕਰ ਰਹੀ ਜੀ, ਠੀਕ ਹੈ ਨੀ। ਇਹ ਹੁਣ ਬਖਲਾਟ ਦੇ ਵਿੱਚ ਆਏ ਨੇ ਅਕਾਲੀ ਸਰਕਾਰ ਜਿਹੜੀ, ਇਹਨਾਂ ਨੂੰ ਆਪਣੀ ਹਾਰ ਜਿਹੜੀ ਇਹਨਾਂ ਦੀ ਯਕੀਨੀ ਇਹ ਗਾਂ ਦੇ ਸਰੀਰਾਂ ਨੂੰ, ਇਸ ਕਰਕੇ ਇਹ ਜੋ ਵੀ ਕਰ ਰਹੇ ਨੇ ਇਹ ਸਾਰਾ ਕੁਛ ਹੁਣ ਗਲਤ ਹੋਇਆ ਜੀ ਇਹਨਾਂ ਕੋਲ, ਅਤੇ ਨਵੀਂ ਸਰਕਾਰ ਚੁਣੀ
ਤੇ ਇੱਕ ਵਾਰੀ ਜ਼ਰੂਰ ਮੌਕਾ ਦੇਣਾ ਚਾਹੀਦਾ ਤੇ ਜੇ ਕੋਈ ਚੰਗਾ ਕੰਮ ਕਰਨਗੇ ਤੇ ਠੀਕ ਗਾਂ ਕੰਟੀਨਿਊ ਹੋ ਜਾਣਗੇ ਜੇ ਨਾ ਕੋਈ ਚੰਗਾ ਕੰਮ ਕਰਨਗੇ ਤੇ ਗਾਂ ਕੋਈ ਹੋਰ ਕੋਈ ਸਰਕਾਰ ਆ ਜਾਏਗੀ ਠੀਕ ਹੈ ਜੀ ਹੁਣ ਪੰਜਾਬ ਦੇ ਲੋਕ ਜਿਹੜੇ ਬਹੁਤ ਇੰਨਾ ਕੁ ਅੱਕ ਚੁੱਕੇ ਨੇ ਬਹੁਤ ਜ਼ਿਆਦਾ ਦੁਖੀ ਨੇ ਜੀ ਕੋਈ ਵੀ ਕੰਮ ਉੱਥੇ ਸਹੀ ਨਹੀਂ ਹੋ ਰਿਹਾ ਥੈਂਕ ਯੂ ਜੀ ਇੰਨਾ ਕੁਝ ਕਹਿਣਾ ਮਿਹਰਬਾਨੀ ਮਿਹਰਬਾਨੀ ਰਣਜੀਤ ਸਿੰਘ ਜੀ ਮੀਨਵਾਈਲ ਸਾਡੇ ਨਾਲ ਜਿੰਦਰ ਸਿੰਘ ਇਸ ਵੇਲੇ ਜੁੜੇ ਆ ਕਰਮਜੀਤ ਸਿੰਘ ਰੂਪਰਾਏ ਵੀ ਜੁੜੇ ਆ ਜਗਰੂਪ ਚਹਿਲ ਵੀ ਸਾਡੇ ਨਾਲ ਫੇਸਬੁੱਕ 'ਤੇ ਨੇ ਨਵੀਂ ਢਿੱਲੋਂ ਨੇ ਦੁਬਾਰਾ ਕਿਹਾ ਵਾ ਕਿ ਜ਼ੋਰਾ ਸਿੰਘ ਕਮਿਸ਼ਨ ਨੇ 25,000 ਤੋਂ ਇਲਾਵਾ ਜਿਹੜਾ ਉਹਨਾਂ ਨੇ ਮੁਆਵਜ਼ਾ ਅਨਾਊਂਸ ਕੀਤਾ ਵਾ ਜਿਹੜੇ ਲੋਕ ਮਾਰੇ ਗਏ ਪੁਲਿਸ ਫਾਇਰਿੰਗ ਦੇ ਵਿੱਚ ਉਸ ਤੋਂ ਇਲਾਵਾ ਕੀ ਪੁਲਿਸ ਅਫਸਰਾਂ ਦੇ ਖਿਲਾਫ਼ ਕੋਈ ਐਕਸ਼ਨ ਕਿਹਾ ਵਾ ਉਹਨਾਂ ਨੇ ਨਵੀਂ ਢਿੱਲੋਂ ਐਕਸ਼ਨ 'ਤੇ ਉਹਨਾਂ ਨੇ ਸਿਫਾਰਿਸ਼ ਕੀਤੀ ਆ ਵੀ ਪੁਲਿਸ ਅਫਸਰਾਂ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ਼ ਐਕਸ਼ਨ ਲਓ ਪਰ ਲੱਗ ਨਹੀਂ ਰਿਹਾ ਕਿ ਉਹਨਾਂ ਨੇ ਆਈਡੈਂਟੀਫਾਈ ਕੀਤੇ ਆ ਕਿ ਨਹੀਂ ਕੀਤੇ ਕਿ ਜਿਹੜੇ ਅਫਸਰ ਆ ਔਰ ਉਹਨਾਂ 'ਤੇ ਕਿਸ ਤਰ੍ਹਾਂ ਦਾ ਐਕਸ਼ਨ ਹੋਣਾ ਚਾਹੀਦਾ ਉਹਨਾਂ ਨੇ ਸਰਕਾਰ 'ਤੇ ਛੱਡਤਾ ਵੀ ਸਰਕਾਰ ਉਹਨਾਂ 'ਤੇ ਲੋੜੀਂਦੀ ਕਾਰਵਾਈ ਕਰੇ ਸ਼ਾਇਦ ਮੇਰਾ ਖਿਆਲ ਆ ਕਿ ਇਸ ਕਮਿਸ਼ਨ ਨੂੰ ਚਾਹੀਦਾ ਸੀ ਕਿ ਉਹ ਦੱਸਦੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਦੇ ਖਿਲਾਫ਼ ਕਰਨ ਦੀ ਲੋੜ ਆ ਬਾਕੀ ਜਿਹੜੇ ਸੱਜਣ ਦੇ ਕਮੈਂਟਸ ਆ ਉਹ ਵੀ ਮੈਂ ਹੁਣੇ ਸਾਂਝੇ ਕਰਦਾ ਪਰ ਉਸ ਤੋਂ ਪਹਿਲਾਂ ਮੈਂ ਅਗਲੀ ਕਾਲ ਲੈਣੀ ਚਾਹੁੰਦਾ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਆਪਾਂ ਤੁਹਾਡਾ ਟੀਵੀ ਸ਼ੋਅ ਬਹੁਤ ਵਧੀਆ ਚੱਲਦਾ ਪਰ ਇੱਥੇ ਅਮਰੀਕਾ ਵਿੱਚ ਰਸ਼ ਲੰਬਾ ਆ ਸ਼ੋਅ ਦੁਨੀਆ ਦਾ ਸਭ ਤੋਂ ਵੱਧ ਲੋਕ ਉਹਨੂੰ ਸੁਣਦੇ ਆ ਜੀ ਮਿਹਰਬਾਨੀ ਤੇ ਅੱਛਾ ਉਹਦੇ ਉਹ ਅਗਲੇ 8 ਸਾਲਾਂ ਤੋਂ ਗਾਲਾਂ ਕੱਢ ਰਿਹਾ ਰਿਪਬਲਿਕਨ ਪਾਰਟੀ ਨੂੰ ਆਪਣੇ ਡੈਮੋਕਰੇਟ ਨੂੰ ਪਰ ਉਹ ਡੈਮੋਕਰੇਟ ਜਿੱਤਦੀ ਆਈ ਆ ਹੁਣ ਅੱਜ ਨਾ ਸੁਖਵੀਰ ਬਾਦਲ ਮੈਂ ਵੀ ਟਾਂਡੇ ਤੋਂ ਬਿਲੋਂਗ ਕਰਦਾ ਟਾਂਡੇ ਆਇਆ ਸੀਗਾ ਸਾਡੇ ਪਿੰਡ ਦੀ 500 ਵੋਟ ਆ 20 ਲੱਖ ਰੁਪਇਆ ਸਾਡੇ ਪਿੰਡ ਨੂੰ ਦੇ ਕੇ ਗਿਆ ਹਾਂਜੀ ਅੱਛਾ ਤੇ ਮੈਨੂੰ ਲੱਗਦਾ ਤੁਹਾਡਾ ਜਿਹੜਾ ਸ਼ੋਅ ਆ ਰਸ਼ ਲੰਬੇ ਵਾਲਾ ਸ਼ੋਅ ਆ ਰਸ਼ ਲੰਬੇ ਨੂੰ ਬਹੁਤ ਦੁਨੀਆਂ ਦਾ ਨੰਬਰ ਵਨ ਆ ਅਮਰੀਕਾ 'ਚ ਉਹਦੇ ਨਾ ਕੰਨ ਵੀ ਬੋਲੇ ਹੋ ਗਏ ਇੰਨੀਆਂ ਗਾਲਾਂ ਕੱਢਦਾ ਰਸ਼ ਲੰਬਾ ਹਰ ਥਾਂ ਹਰ ਸ਼ਹਿਰ ਵਿੱਚ ਅਮਰੀਕਾ ਦੇ ਵਿੱਚ ਉਹਦਾ ਨਾ ਬੈਲ ਬੋਰਡ ਲੱਗਾ $10,000 ਪੇ ਕਰਦਾ ਹਰ ਅਮਰੀਕਾ 'ਚ ਉਹ ਘੱਟੋ ਘੱਟ $1 billion ਪੇ ਕਰਦਾ ਹਾਂਜੀ ਅੱਛਾ ਉਹਦਾ ਸ਼ੋਅ ਨੂੰ ਬਹੁਤ ਦੁਨੀਆਂ ਲਾਇਕ ਕਰਦੀ ਆ ਅੱਛਾ ਗੱਲ ਤੇ ਆ ਤੁਸੀਂ ਰੀਅਲ ਕਰਿਆ ਕਰੋ ਤੁਹਾਨੂੰ ਜਿਹੜੀ ਉਹਨੂੰ ਰਸ਼ ਲੰਬੇ ਨੂੰ ਜਿਹੜੀ ਕਾਲ ਕਰਦੇ ਆ ਰਿਪਬਲਿਕਨ ਹੀ ਕਰਦੇ ਆ ਹਾਂਜੀ ਤੇ ਤੁਹਾਨੂੰ ਵੀ ਜਿਹੜੇ ਆਪਾਂ ਕਾਲ ਕਰਦੇ ਹਾਂ ਆਪਾਂ ਆਪ ਪਾਰਟੀ ਵਾਲੇ ਹੀ ਕਰਦੇ ਹਾਂ ਸਾਰੇ ਉਹਨੂੰ ਕਰਦੇ ਹਾਂ ਇਹ ਆਪਾਂ ਨੂੰ ਮੈਨੂੰ ਇਹ ਨਹੀਂ ਸਮਝ ਲੱਗਦੇ ਆਪਾਂ ਤੁਹਾਡੀਆਂ ਗੱਲਾਂ ਸੁਣ ਕੇ ਖੁਸ਼ ਤਾਂ ਬੜੇ ਹੁੰਦੇ ਹਾਂ ਪਰ ਗੱਲ ਉਲਟ ਹੋ ਜਾਣੀ ਆ ਸਾਡੇ ਪਿੰਡ ਦੀ 500 ਵੋਟ ਦਾ 20 ਲੱਖ ਰੁਪਇਆ ਸੁਖਵੀਰ ਬਾਦਲ ਦੇ ਗਿਆ ਟਾਂਡੇ ਹਲਕੇ 'ਚ ਆਇਆ ਸੀ ਓਕੇ ਤੇ ਉੱਥੇ ਲੋਕ ਭੰਗੜਾ ਪਾਉਂਦੇ ਸੀ ਘੱਟੋ ਘੱਟ 1000 ਬੰਦਾ ਮੋਟਰਸਾਈਕਲ ਵਾਲਾ ਉਹਨੂੰ ਲੈ ਕੇ ਆਇਆ ਅੱਛਾ ਸਟੂਡੈਂਟ ਵਾਲੇ ਤੇ ਹੁਣ ਗੱਲ ਕੀ ਆ ਜਿੱਦਾਂ ਅੱਗੇ ਉਹ ਮੀਡੀਆ ਤੁਹਾਨੂੰ ਸਿੱਖ ਗਿਆ ਵੀ ਉਹਨੀ ਮੀਡੀਆ 'ਤੇ ਬੜਾ ਆਤ ਮਚਾਈ ਪਈ ਆ ਉਹਨੀ ਅਕਾਲੀ ਦਲ ਨੇ ਐਡੀ ਗੱਲ ਨਹੀਂ ਗੀ ਉਹ ਤੁਹਾਡੇ ਭਾਰੂ ਪੈ ਰਹੇ ਆ ਵੇਲੇ ਕੋਈ ਗੱਲ ਨਹੀਂ ਜੀ ਉਹ ਵੀ ਆਪਣੀ ਕੋਸ਼ਿਸ਼ ਭਾਈ ਸਾਹਿਬ ਕਰਨਗੇ ਉਹ ਕੋਸ਼ਿਸ਼ ਕਰਨੀ ਵੀ ਚਾਹੀਦੀ ਆ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਪਰ ਅਸੀਂ ਤੇ 500 ਵੋਟ ਆ ਤਾਂ 20 ਲੱਖ ਰੁਪਇਆ ਦੇ ਗਿਆ 500 ਵੋਟ ਨੂੰ 20 ਲੱਖ ਰੁਪਇਆ ਦੱਸੋ ਕਿੰਨਾ ਹੁੰਦਾ ਤੁਸੀਂ ਆਪਣੀ ਇੰਟਰੋਡਕਸ਼ਨ ਨਹੀਂ ਦਿੱਤੀ ਕੀ ਨਾ ਤੁਹਾਡਾ ਮੈਂ ਅਮਰਜੀਤ ਜੀ ਬੋਲਦਾ ਜੀ ਸਾਡਾ ਪਿੰਡ ਬੈਂਚ ਆ ਇਹਨਾਂ ਨੂੰ 20 ਲੱਖ ਰੁਪਇਆ ਦੇ ਗਿਆ 500 ਵੋਟ ਆ ਵੇਖੋ ਅਮਰਜੀਤ ਜੀ ਸਾਡੇ ਕੋਲ ਤੇ ਇਹੋ ਜਿਹਾ ਪੈਸਾ ਹੈ ਨਹੀਂਗਾ ਦੇਣ ਵਾਸਤੇ ਅਸੀਂ ਤੇ ਲੋਕਾਂ ਨੂੰ ਇਹੋ ਹੀ ਕਹਿ ਸਕਦੇ ਹਾਂ ਵੀ ਸਾਡੀ ਜੇ ਸਰਕਾਰ ਆਈ ਇੱਕ ਸਾਫ਼ ਸੁਥਰੀ ਸਰਕਾਰ ਇੱਕ ਛਵੀ ਜਿਹੜੀ ਆ ਉਹ ਲੈ ਕੇ ਆਊਗੀ ਔਰ ਲੋਕਾਂ ਦੇ ਹਿੱਤ ਦੀ ਸਰਕਾਰ ਹੋਊਗੀ ਔਰ ਇਹ ਜੇ ਲੋਕ ਪੈਸੇ ਦੇ ਕੇ ਜਾਂ ਪੈਸੇ ਲੈ ਕੇ ਕਿਸੇ ਨੂੰ ਵੋਟ ਪਾਉਣਾ ਚਾਹੁੰਦੇ ਆ ਤਾਂ ਆਪਾਂ ਉਹਨੂੰ ਉਹਦੇ ਬਾਰੇ ਕੁਛ ਨਹੀਂ ਕਰ ਸਕਦੇ ਆਪਾਂ ਤਾਂ ਲੋਕਾਂ ਨੂੰ ਜਾਗਰੂਕ ਹੀ ਕਰ ਸਕਦੇ ਹਾਂ ਔਰ ਦੱਸ ਸਕਦੇ ਹਾਂ ਕਿ ਅਸੀਂ ਚਾਹਾਂਗੇ ਕਿ ਸਕੂਲਾਂ ਜਿਹੜੇ ਪਿੰਡਾਂ ਦੇ ਸਕੂਲ ਆ ਪਿੰਡਾਂ ਦੇ ਹਸਪਤਾਲ ਆ ਉਹ ਸਹੀ ਤਰੀਕੇ ਨਾਲ ਚੱਲ ਸਕਣ ਲੋਕਾਂ ਨੂੰ ਸਹੀ ਸਿੱਖਿਆ ਮਿਲੇ ਲੋਕਾਂ ਨੂੰ ਰੁਜ਼ਗਾਰ ਮਿਲੇ ਨੌਕਰੀਆਂ ਮਿਲਣ ਤਰੱਕੀ ਕਰਨ ਅਸੀਂ ਤਾਂ ਇਹੋ ਹੀ ਚੀਜ਼ਾਂ ਜਿਹੜੀਆਂ ਵਾ ਜੋ ਇੱਕ ਸਹੀ ਆ ਉਹ ਲੋਕਾਂ ਨੂੰ ਪ੍ਰੋਮਿਸ ਕਰ ਸਕਦੇ ਹਾਂ ਮੇਰਾ ਆਪਣਾ ਖਿਆਲ ਆ ਕਿ ਇਹ ਜਿਹੜਾ ਪੈਸੇ ਵਾਲਾ ਜਿਹੜਾ ਕੰਮ ਤੁਸੀਂ ਦੱਸ ਰਹੇ ਜੇ ਇਹ ਲੋਕ ਪੈਸੇ ਜ਼ਰੂਰ ਲੈਂਦੇ ਆ ਖੁਸ਼ੀ ਵੀ ਮਨਾਉਂਦੇ ਆ ਲੇਕਿਨ ਪੈਸਾ ਚੱਲਣਾ ਨਹੀਂ ਲੋਕਾਂ ਨੂੰ ਵੀ ਪਤਾ ਵਾ ਵੀ ਉਹਨਾਂ ਦੇ ਹਿੱਤ ਦੀ ਸਰਕਾਰ ਜਿਹੜੀ ਆ ਉਹ ਕੌਣ ਆ ਤੁਸੀਂ ਕਿ ਇੱਕ ਬੇਰੁਜ਼ਗਾਰ ਨੂੰ ਤੁਸੀਂ 1,000 ਰੁਪਈਆ ਮਹੀਨਾ ਜਾਂ 1,500 ਰੁਪਈਆ ਮਹੀਨਾ ਦੇ ਦਿਓ ਤਾਂ ਉਹਨੂੰ ਕੀ ਤੁਹਾਨੂੰ ਕੀ ਲੱਗਦਾ ਵਾ ਵੀ ਉਹਦਾ ਮਹੀਨੇ ਦਾ ਖਰਚ ਚੱਲ ਜੂਗਾ ਇਹੋ ਜਿਹਾ ਪੱਤਾ ਦੇਣ ਦੀ ਲੋੜ ਨਹੀਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਲੋੜ ਆ ਜਿਹਦੇ ਨਾਲ ਉਹਨਾਂ ਨੂੰ ਸਟੈਬਿਲਿਟੀ ਮਿਲੇ ਔਰ ਲੋਕ ਜਿਹੜੇ ਆ ਸਹੀ ਤਰੀਕੇ ਨਾਲ ਆਪਣੇ ਪਰਿਵਾਰ ਚਲਾ ਸਕਣ ਅਗਲੀ ਕਾਲ ਵੱਲ ਵੱਧਦੇ ਹਾਂ ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਹਾਂਜੀ ਜਗਪਾਲ ਬੋਲ ਰਿਹਾ ਜੀ ਮੈਂ ਆਪਣੇ ਟੋਰਾਂਟੋ ਤੋਂ ਹਾਂਜੀ ਜਗਪਾਲ ਜੀ ਸਵਾਗਤ ਹੈ ਮੇਰੇ ਖਿਆਲ ਪਹਿਲੀ ਵਾਰੀ ਕਾਲ ਕਰ ਰਹੇ ਤੁਸੀਂ ਹਾਂਜੀ ਐਕਚੁਅਲੀ ਜਿੰਨਾ ਕਿ ਪੰਜਾਬ ਦੇ ਵਿੱਚ ਪੋਲੀਟੀਸ਼ੀਅਨ ਤੇ ਐਡਮਿਨਿਸਟ੍ਰੇਸ਼ਨ ਤੇ ਪੋਲੀਟੀਸ਼ੀਅਨ ਦਾ ਇਹਨਾਂ ਦਾ ਨੈਕਸਸ ਵੀ ਨਹੀਂ ਟੁੱਟਦਾ ਜੀ ਪੁਲਿਸ ਦਾ ਜੀ ਉਹ ਨੈਕਸਸ ਜਿਵੇਂ ਕੈਨੇਡਾ ਅਮਰੀਕਾ ਜਾਂ ਇਹ ਇੰਡੀਪੈਂਡੈਂਟ ਕੰਮ ਕਰਦੇ ਉਦਾਂ ਜ਼ਰੂਰ ਇਹਨਾਂ ਦਾ ਟੁੱਟਣਾ ਚਾਹੀਦਾ ਜੀ ਦੇਖੋ ਬਾਕੀ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਲੋਕ ਪੈਸੇ ਦੇ ਕੇ ਕੰਮ ਕਰਾਉਣਾ ਚਾਹੁੰਦੇ ਨੇ ਤੇ ਜੇ ਲੋਕ ਜਾਗਰੂਕ ਹੋ ਗਏ ਸਮਝ ਲਓ ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ ਤੇ ਲੋਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਇਹ ਤੋਂ ਇਹ ਭਵਿੱਖ ਜਿਹੜਾ
ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ, ਵਿਚਾਰ ਤੁਹਾਡੇ ਬਿਲਕੁਲ ਸਪਸ਼ਟ ਆ। ਮੀਨਵਾਇਲ ਜਗਰੂਪ ਚਹਿਲ ਜਿਹੜੇ ਸਿਡਨੀ ਤੋਂ ਇਸ ਵੇਲੇ ਸਾਡੇ ਨਾਲ ਨੇ, ਉਹਨਾਂ ਦਾ ਕਹਿਣਾ ਵਾ ਵੀ ਇਹਨਾਂ ਲੋਕਾਂ ਨੇ, ਮਤਲਬ ਸਰਕਾਰਾਂ ਨੇ ਕੁਝ ਨਹੀਂ ਕਰਨਾ, ਜੇ ਕੁਝ ਕਰਨਾ ਹੁੰਦਾ ਤਾਂ ਇਨਸਾਫ ਪਹਿਲਾਂ ਤੋਂ ਹੀ ਮਿਲ ਜਾਣਾ ਸੀ। ਇਹ ਗੱਲ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਮੀਨਵਾਇਲ ਜਿੰਦਰ ਸਿੰਘ ਦਾ ਕਮੈਂਟ ਜਿਹੜਾ ਵਾ ਮੈਨੂੰ ਪੂਰੀ ਸਮਝ ਨਹੀਂ ਆ ਰਹੀ, ਉਹਨਾਂ ਨੇ ਵੀ ਕਮੈਂਟ ਆਪਣਾ ਫੇਸਬੁੱਕ ਦੇ ਉੱਪਰ ਲਿਖਿਆ ਵਾ। ਮੀਨਵਾਇਲ ਅਗਲੀ ਕਾਲ ਵੱਲ ਵੱਧਦੇ ਹਾਂ, ਇੱਕ ਜਾਂ ਦੋ ਕਾਲਸ ਲੈ ਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਕਾਲ ਕਰ ਰਿਹਾ ਜੀ, ਤੇ ਜਿੱਥੇ ਤੱਕ ਕੌਣ ਕਾਲ ਕਰ ਰਹੇ? ਪੂਰਨ ਸਿੰਘ ਵੈਨਕੂਵਰ ਤੋਂ। ਹਾਂਜੀ ਪੂਰਨ ਸਿੰਘ ਜੀ, ਹਾਂਜੀ। ਜਿਹੜੀ ਪਹਿਲੀ ਵੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਸੀ, ਉਹ ਰਿਪੋਰਟ ਉਹਦੀ ਇੰਪਲੀਮੈਂਟੇਸ਼ਨ ਕੋਈ ਨਹੀਂ ਹੋਈ, ਤੇ ਐਵੇਂ ਜ਼ੋਰਾ ਸਿੰਘ ਦੀ ਰਿਪੋਰਟ ਬਣ ਗਈ, ਇਹਦੀ ਇੰਪਲੀਮੈਂਟੇਸ਼ਨ ਕੋਈ ਨਹੀਂ ਹੋਣੀ। ਪਹਿਲੀ ਰਿਪੋਰਟ ਕਿਹਦੀ ਗੱਲ ਕਰ ਰਹੇ ਤੁਸੀਂ? ਪਹਿਲੀ ਰਿਪੋਰਟ ਪੂਰਨ ਸਿੰਘ ਜੀ, ਪੂਰਨਜੀਤ ਜੀ, ਪਹਿਲੀ ਰਿਪੋਰਟ ਕਿਹਦੀ ਗੱਲ ਕਰ ਰਹੇ ਤੁਸੀਂ? ਜਦੋਂ ਜ਼ਮੀਨਾਂ ਪ੍ਰਾਪਰਟੀ ਜਿਹੜੀ ਚੰਡੀਗੜ੍ਹ ਦੇ ਆਲੇ ਬੜੇ ਪਾਸ਼ ਏਰੀਆ 'ਚ ਲੋਕਾਂ ਨੇ ਦੱਬੀਆਂ ਸੀ। ਓਕੇ, ਹਾਂ, ਜਸਟਿਸ ਕੁਲਦੀਪ ਸਿੰਘ, ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੀਆਂ ਪ੍ਰਾਪਰਟੀਜ਼ ਗਲਤ ਤਰੀਕੇ ਨਾਲ ਲੋਕਾਂ ਨੇ ਕਬਜ਼ਾ ਕੀਤਾ, ਉਹ ਫਿਰ ਪਹਿਲੀ ਗੱਲ ਤਾਂ ਉਹਨੂੰ ਆਫਿਸ ਨਹੀਂ ਸੀ ਦਿੱਤਾ ਕਾਫੀ ਚਿਰ ਪਹਿਲਾਂ, ਕੋਈ ਵਨ ਮੈਨ ਕਮਿਸ਼ਨ ਬਣਨ ਨੂੰ ਤਿਆਰ ਨਹੀਂ ਸੀ ਜਸਟਿਸ ਕੁਲਦੀਪ ਸਿੰਘ ਨੂੰ ਤਿਆਰ ਹੋਏ, ਤੇ ਮਗਰੋਂ ਕੋਈ ਰਿਪੋਰਟ ਕਿੱਥੇ ਲਾਗੂ ਹੋਈ ਜੀ? ਠੀਕ ਨੇ, ਤੇ ਇਸੇ ਤਰ੍ਹਾਂ ਜਿਹੜੀ ਰਿਪੋਰਟਸ ਆ ਨਾ ਜੀ, ਇਹ ਤੇ ਬਾਹਲੀ ਆਵਾਜ਼ ਨਹੀਂ ਕੀਤੀ ਜਾ ਸਕਦੀ। ਦੂਸਰੀ ਗੱਲ, ਜਿਹੜੀ ਪੁਲਿਸ ਆ ਟ੍ਰੇਨਿੰਗ ਤੋਂ ਲੈ ਕੇ ਸਾਰਾ ਕੁਝ ਹੀ ਕਲੈਪਸ ਸਿਸਟਮ ਹੋਇਆ, ਤੇ ਹੁਣ ਜਿਹੜੇ ਪੁਲਿਸ ਆਪਾਂ ਕਹਿੰਦੇ ਹਾਂ ਪਿੰਕੀ ਕੈਟ ਵਾਲੀ ਗੱਲ ਹੋਈ, ਬੜੇ ਨਿਰਦੋਸ਼ ਬੰਦੇ ਮਾਰੇ, ਉੱਥੇ ਕਿੱਥੇ ਲਾਗੂ ਹੋਈ ਆ? ਇਹ ਐਥਿਕਸ ਹੀ ਖਤਮ ਹੋ ਗਿਆ, ਸਿਸਟਮ ਖਤਮ ਹੋ ਗਿਆ, ਓਵਰਹਾਲ ਕਰਨ ਦੀ ਲੋੜ ਆ, ਤੇ ਲੋਕ ਹੀ ਜਾਗਰਿਤ ਹੋਣ, ਲੋਕਾਂ 'ਚ ਅਵੇਅਰਨੈਸ ਹੋਵੇ, ਤਾਂ ਹੀ ਇਹ ਸੰਭਵ ਹੋ ਸਕਦਾ, ਓਵਰਹਾਲ ਹੋ ਸਕਦਾ, ਇਹ ਰਿਪੋਰਟਸ ਹੋ ਸਕਦਾ ਬੰਦੇ। ਮੈਨੂੰ ਨਹੀਂ ਪਤਾ ਜਸਟਿਸ ਜ਼ੋਰਾ ਸਿੰਘ ਇਹਨਾਂ ਦੇ ਬੰਦਾ ਹੋਵੇ, ਖਾਸ ਬੰਦਾ ਜਿਹਨੂੰ ਅਪੁਆਇੰਟ ਕੀਤਾ ਹੋਵੇ ਜੀ ਜੀ, ਤੇ ਇਸ ਕਰਕੇ ਲੋਕਾਂ ਨੂੰ ਅਵੇਅਰ ਕਰੋ ਜੋ ਕੁਝ ਹੋ ਰਿਹਾ, ਸਿਸਟਮ ਐਜੂਕੇਸ਼ਨ ਦਾ ਕਲੈਪਸ ਹੋ ਗਿਆ, ਤੇ ਪੁਲਿਸ ਦਾ ਸਿਸਟਮ ਆ ਉੱਥੇ ਕੋਈ ਇਮਾਨਦਾਰੀ ਨਹੀਂ, ਅੱਜ ਉਹ ਬੜਾ ਰੈਪਿਡ ਸਿਸਟਮ ਸ਼ੁਰੂ ਕੀਤਾ, ਸਿਰਫ ਲੋਕਾਂ ਦੇ ਹੁਣ ਹੀ 10 ਸਾਲ ਬਾਅਦ ਹੁਣ ਸ਼ੁਰੂ ਕੀਤਾ, ਇਹ ਲੋਕਾਂ ਦੇ ਅੱਖਾਂ ਇਲੈਕਸ਼ਨ ਸਟੰਟ ਹੈਗੇ, ਜਿਹੜੇ ਪਹਿਲਾਂ ਕਿਉਂ ਕੀਤਾ ਇਹਨਾਂ ਨੇ, ਇਹੋ ਜਿਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਿਉਂ? ਪਹਿਲੀ ਗੱਲ ਉਹ ਹੋਣੀ ਨਹੀਂ ਚਾਹੀਦੀ ਸੀ, ਜੇ ਪੁਲਿਸ ਸਿਸਟਮ ਤੁਹਾਡਾ ਇੱਦਾਂ ਕੰਟਰੋਲ ਆ ਸਿਸਟਮ ਆ, ਤੇ ਇਹ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਲੋਕਾਂ ਨੂੰ ਅਵੇਅਰਨੈਸ ਕੀਤੀ ਜਾਵੇ ਵੀ ਚੰਗੇ ਲੋਕ ਆਉਣ, ਤਾਂ ਜਿਹੜਾ ਕਲੈਪਸ ਹੋਇਆ ਸਿਸਟਮ ਆ ਉਹ ਦੁਬਾਰਾ ਓਵਰਆਲ ਹੋ ਸਕੇ। ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ, ਮਿਹਰਬਾਨੀ ਪੂਰਨ ਜੀ, ਦੁਬਾਰਾ ਉਹਨਾਂ ਨੇ ਆਪਣਾ ਕਮੈਂਟ ਜਿਹੜਾ ਵਾ ਉਹ ਸਾਂਝਾ ਕੀਤਾ ਵਾ। ਮੀਨਵਾਇਲ ਅਸੀਂ ਅਗਲੀ ਕਾਲ ਵੱਲ ਵੱਧਦੇ ਹਾਂ, ਇੱਕ ਕਾਲ ਹੋਰ ਲੈ ਕੇ ਫਿਰ ਪ੍ਰੋਗਰਾਮ ਦੀ ਸਮਾਪਤੀ ਕਰ ਰਹੇ ਹਾਂ। ਮੀਨਵਾਇਲ ਮੈਂ ਦੱਸ ਦਵਾਂ ਕਿ ਨੇਚਰਦੀਪ ਜੋਹਲ ਦੁਬਾਰਾ ਸਾਡੇ ਨਾਲ ਜੁੜੇ ਆ, ਹਰਪਾਲ ਸੋਹਲ ਵੀ ਇਸ ਵੇਲੇ ਨਾਲ ਨੇ ਸਾਡੇ, ਰੋਮੀ ਫਨਗੁਰਾ ਵੀ ਸਾਡੇ ਨਾਲ ਨੇ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਗੁਰਚਰਨ ਬੋਲ ਰਿਹਾ। ਹਾਂਜੀ ਗੁਰਚਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਅਮਰਜੀਤ ਭਾਜੀ ਆਮ ਆਦਮੀ ਪਾਰਟੀ ਨਾਲ ਡਾਢੇ ਨਾਰਾਜ਼ ਲੱਗਦੇ ਆ, ਤੇ ਉਹਨਾਂ ਨੇ 2-3 ਵਾਰ ਰਿਪੀਟ ਕੀਤਾ ਵੀ ਸਾਡੇ ਪਿੰਡ ਦੀ 500 ਵੋਟ ਆ ਤੇ 20 ਲੱਖ ਰੁਪਈਆ ਦੇ ਕੇ ਗਏ ਆ, ਤੇ ਉਹਨਾਂ ਨੂੰ ਪਹਿਲੇ 8 ਸਾਲ ਤਾਂ ਕੁਛ ਦਿੱਤਾ ਨੀ, ਹੁਣ ਚੁਣਾਵੀ ਬਰਾ ਕਰਕੇ ਸੁਖਬੀਰ ਬਾਦਲ ਪੈਸੇ ਦਿੰਦਾ ਫਿਰਦਾ। ਮੇਰਾ ਪਿੰਡ ਬਹੁਤ ਵੱਡਾ, ਮੈਂ ਤਾਂ ਕਦੇ ਉਸ ਪਿੰਡ ਚ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਸੰਗਤ ਦਰਸ਼ਨ ਦੇਖੇ ਨੀ, ਉਸ ਤੇ 500 ਕੀ 5,000 ਤੋਂ ਵੀ ਵੋਟ ਜ਼ਿਆਦਾ ਹੋਊਗੀ ਜੀ ਜੀ, ਤੇ ਵੀ ਹੁਣ ਸਿਰਫ ਇਹ ਵੋਟਾਂ ਦਾ ਕਰਕੇ ਕਰਦੇ ਆ, ਜੇ ਇੱਕ ਪਿੰਡ ਚ 20 ਲੱਖ ਦੇਤਾ, ਜੇ 500 ਦੀ ਵੋਟ ਆ ਉਹਦੇ ਨਾਲ ਪਾਸਾ ਨਹੀਂ ਪਲਟਿਆ ਜਾ ਸਕਦਾ। ਨਹੀਂ ਜੀ, ਉਹਦੇ ਨਾਲ ਕੋਈ ਚੇਂਜ ਨਹੀਂ ਆਉਣੀ, ਅਸੀਂ ਵੀ ਇਹੋ ਹੀ ਗੱਲ ਕਹਿੰਦੇ ਹਾਂ ਕਿ ਇਸ ਵੇਲੇ ਬੜੀਆਂ ਵੱਡੀਆਂ ਵੱਡੀਆਂ ਇਸ਼ਤਿਹਾਰ ਐਡਸ ਵੀ ਟੀ ਵੀ 'ਤੇ ਚੱਲ ਰਹੀਆਂ ਵਾ, ਪਰ ਲੋਕਾਂ ਨੂੰ ਅਸਲੀਅਤ ਪਤਾ ਹੀ ਆ ਵੀ ਇਸ ਵੇਲੇ ਪੰਜਾਬ ਦੇ ਹਾਲਾਤ ਕੀ ਬਣੇ ਆ, ਔਰ ਇਹਦੇ ਬਾਰੇ ਹੁਣ ਕੋਈ ਕਿਸੇ ਨੂੰ ਭੁਲੇਖਾ ਨਹੀਂ ਰਹਿ ਗਿਆ। ਗੁਰਚਰਨ ਜੀ, ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਖਤਮ ਹੋ ਰਿਹਾ ਵਾ, ਸੋ ਅੱਜ ਇੰਨਾ ਹੀ, ਹੁਣ ਆਪਾਂ ਵੀਕਐਂਡ ਤੋਂ ਬਾਅਦ ਮਿਲਾਂਗੇ। ਪਰ ਜਾਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵੀਕਐਂਡ 'ਤੇ ਆਮ ਆਦਮੀ ਪਾਰਟੀ ਇੱਕ ਬਹੁਤ ਅਹਿਮ ਦਸਤਾਵੇਜ਼ ਰਿਲੀਜ਼ ਕਰਨ ਜਾ ਰਹੀ ਹੈ। ਇਹ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਚੋਣ ਮਨੋਰਥ ਪੱਤਰ, ਜਿਸ ਨੂੰ ਅੰਮ੍ਰਿਤਸਰ 'ਚ ਅਰਵਿੰਦ ਕੇਜਰੀਵਾਲ ਨੇ 3 ਜੁਲਾਈ ਨੂੰ ਰਿਲੀਜ਼ ਕਰਨਾ ਵਾ। ਇਸ 'ਚ ਕਈ ਗੱਲਾਂ ਵਿਚਾਰਾਂ ਧੀਆਂ ਹੋਣਗੀਆਂ, ਔਰ ਇਹਨਾਂ 'ਤੇ ਆਪਾਂ ਗੱਲ ਅਗਲੇ ਹਫ਼ਤੇ ਜ਼ਰੂਰ ਕਰਾਂਗੇ। ਉਦੋਂ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰੱਖਾ।